ਕੁਰਸ ਕਰਵਾ ਰਹੇ ਆ ਲਾਈਵ ਸਰਜਰੀ ਹੋ ਰਹੀ ਉਹਨਾਂ ਨੂੰ ਸਮਝ ਨਹੀਂ ਆਈ ਬਸ ਐਪਦਾ ਮੈਂ ਬੀਜ਼ੀ ਘੰਟੇ ਬਾਅਦ ਫੇਰ ਫੋਨ ਕੀਤਾ ਕਹਿੰਦੇ ਹੁਣ ਕੀ ਕਰ ਰਹੇ ਆ ਮੈਂ ਕਿਹਾ ਜੀ ਮੈਂ ਮੀਟਿੰਗ 'ਚ ਆਂ ਡਾਕਟਰ ਸਹਸਰਾਤ ਨਾਲ ਬੈਠੇ ਨੇ ਮੈਨੂੰ ਕਹਿੰਦੇ ਬਾਹਰ ਆ ਕੇ ਮੇਰੀ ਗੱਲ ਸੁਣ ਬਾਹਰ ਗਿਆ ਮੈਨੂੰ ਕਹਿੰਦੇ ਜਿਹੜਾ ਤੂੰ ਇੱਜ਼ਤ ਨਾਲ ਫਿਰਨ ਨਹੀਂ ਆਣਾ ਮੈਂ ਸਾਰਿਆਂ ਨੂੰ ਦੱਸ ਦੇਣਾ ਤੂੰ ਟਾੜੀ ਹੈ ਨਾ ਕਰ ਬੰਦਿਆ ਮੇਰੀ ਮੇਰੀ ਹਾਏ ਹਾਏ ਨਾ ਕਰ ਬੰਦਿਆ ਮੇਰੀ ਮੇਰੀ ਚਾਰ ਦਿਨਾਂ ਦਾ ਮੇਲਾ ਫਿਰ ਮਿੱਟੀ ਦੀ ਢੇਰੀ ਓਏ ਹਰ ਸ਼ਾਇ ਮਿੱਟੀ ਏ ਤੁਸੀਂ ਦੁਨੀਆ ਦੀ ਕੋਈ ਸ਼ਾਇ ਲੈ ਲੋ ਨ ਮਿੱਟੀ ਦਬ ਦੇਓ ਮਿੱਟੀ ਹੋ ਜਾਏਗੀ ਹਾਂਜੀ ਤੁਸੀਂ ਵੀ ਮਿੱਟੀ ਮੈਂ ਵੀ ਮਿੱਟੀ ਮਾਨ ਨਾ ਕਰੋ ਕਿਸੇ ਚੀਜ਼ ਤੇ ਔਰ ਨਾ ਮਹਿਸੂਸ ਕਰਾਓ ਅੱਲਾਹ ਹੋ ਨਾ ਮਹਿਸੂਸ ਕਰਾਓ ਸਿਰਫ ਲੋਕਾਂ ਨੂੰ ਦੱਸੋ ਕਿ ਯਾਰ ਅਸੀਂ ਤੁਹਾਡੇ ਤੁਹਾਡੇ ਸਿਰ ਤੇ ਆਂ ਬਸ ਗੱਲ ਖਤਮ ਲੰਗਰ ਸੇ ਕਰ ਖਾਲਸਾਬ ਦੀ ਗੱਡੀ ਚ ਨਾ ਇੱਕ ਦੌਰ ਚੰਕਲ ਜੀ ਉਹ ਅਲਮਰਾ ਦੇ ਦੌਰ ਚ ਛੋਟੀ ਛੋਟੀ ਕਾਇ ਹਾਇਟਲੇ ਕੋ 10 12 ਬੰਦੇ ਨਾਲ ਹੁੰਦੇ ਸੀ ਮੈਂ ਤੁਹਾਨੂੰ ਕੀ ਕਿਹਾ ਹੋਵੇ ਨਹੀਂ ਮਿਲ ਹੁੰਦੇ ਹਨ ਖਾਲਸਾਬ ਦੀ ਗੱਡੀ ਚ ਕੋ 6 7 ਕੋਡੂ ਸੁੱਤੇ ਤੇ ਸ਼ੀਸ਼ੇ ਕੋ ਲਾ ਕੇ ਕਹਿੰਦੇ ਉਧਰ ਵੇਖ ਐਂ ਜੀ ਬਿੱਲੀ ਬੱਚੇ ਦੇ ਗਈ ਏ ਬਿਸਮਿਲ੍ਲਾ ਰਹਿਮਨ ਰਹਿੀਮ ਨਾਜ਼ਰੀਨ ਤੁਹਾਡੀ ਖਿਦਮਤ ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗ এবੀਐਚਡੀ ਟੀਵੀ ਦੀ ਤਰਫੋਂ ਤੇ ਨਾਜ਼ਰੀਨ ਅੱਜ ਅਸੀਂ ਮੌਜੂਦ ਹਾਂ ਜੀ ਲਾਹੌਰ ਪੈਰਾਗੋਨ ਸਿਟੀ ਔਰ ਅਮਾਨੁੱਲਾ ਸਾਬ ਦਾ ਘਰ ਅੱਲਾਹ ਤਾਲਾ ਉਹਨਾਂ ਨੂੰ ਜਨਤਾਂ ਦੇ ਬਾਗ ਚੋਂ ਇੱਕ ਬਾਗ ਜਿਹੜਾ ਉਹਨਾਂ ਨੂੰ ਨਸੀਬ ਕਰੇ ਐਸੇ ਖੂਬਸੂਰਤ ਇਨਸਾਨ ਫਨਕਾਰਦ ਜੋ ਹੈ ਹਸਨ ਹਸਨ ਪੂਰਾ ਵਰਲਡ ਜਾਣਦਾ ਸੀ ਲੇਕਿਨ ਐਸੇ ਖੂਬਸੂਰਤ ਇਨਸਾਨ ਐਸੇ ਸ਼ਫੀਕ ਬਾਪ ਇਹ ਉਹਨਾਂ ਦੇ ਬੱਚੇ ਦੱਸਣਗੇ ਸਾਡੇ ਨਾਲ ਅਦਨਾਨ ਟਿਪੂ ਸਾਹਿਬ ਨੇ ਬਹੁਤ ਹੀ ਪਿਆਰਾ ਸਾਡਾ ਛੋਟਾ ਭਾਈ ਏ ਤੇ ਬਹੁਤ ਹੀ ਪਿਆਰਾ ਜੀ ਹੈ ਔਰ ਇਹਨਾਂ ਨੇ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਸੀ ਅਸੀਂ ਕੁਝ ਹੋਰ ਕਹਿਣਾ ਚਾਹ ਰਹੇ ਸਾਂ ਲੇਕਿਨ ਟੌਪਿਕ ਸਾਨੂੰ ਕੋਈ ਹੋਰ ਮਿਲ ਗਿਆ ਉਹ ਇਹ ਸੀ ਕਿ ਮਤਲਬ ਅਮਾਨੁੱਲਾ ਸਾਹਿਬ ਦੀ ਵਰਸੀ ਕਿਉਂਕਿ ਇਹਨਾਂ ਨੇ ਅਸੀਂ ਵੀ ਸਾਨੂੰ ਇਹਨਾਂ ਕੋਈ ਬਕਾਇਦਾ ਕੋਈ ਦਾਵਤ ਨਹੀਂ ਨ ਦਿੱਤੀ ਜਾਂ ਇਹਨਾਂ ਕੋ ਮਤਲਬ ਸਾਨੂੰ ਬੁਲਾਇਆ ਨਹੀਂ ਕਿ ਤੁਸੀਂ ਆਣਾ ਜੀ ਐਸੀ ਕੋਈ ਗੱਲ ਨਹੀਂ ਸੀ ਪਰ ਪਤਾ ਹੈ ਕਿ ਇਹਨਾਂ ਨੇ ਗਰੁੱਪਾਂ ਦੇ ਵਿੱਚ ਜੋ ਸਾਡਾ ਤਰੀਕਾ ਕਰ ਹੈ ਫੇਸਬੁੱਕ WhatsApp ਉਹਦੇ ਚ ਅਸੀਂ ਵੀ ਦੇਖਿਆ ਵਰਸੀ ਹੈ ਸੋ ਜਦੋਂ ਅਸੀਂ ਦੇਖਿਆ ਤੇ ਅਸੀਂ ਜ਼ਿੰਮੇਦਾਰੀ ਇਹ ਆਪਣੇ ਉੱਤੇ ਆਇਦ ਕਰ ਲਈ ਕਿ ਅਸੀਂ ਵੀ 6 ਮਾਰਚ ਵਾਲੇ ਦਿਨ ਜਿਹੜਾ ਅਮਨੁੱਲਾ ਖਾਨ ਸਾਹਿਬ ਦੀ ਬਰਸੀ ਹੈ ਅਸੀਂ ਉੱਥੇ ਪਹੁੰਚਣਾ ਕਿਉਂਕਿ ਉਹਨਾਂ ਦੇ ਜੂੰਦਿਆਂ ਵੀ ਸਾਡੀ ਉਹਨਾਂ ਨਾਲ ਮੁਹੱਬਤ ਸੀ ਤੇ ਅੱਜ ਉਸ ਮੁਹੱਬਤ ਦਾ ਭਰਮ ਰੱਖਣ ਵਾਸਤੇ ਉਹ ਯਕੀਨ ਦੁਆਣ ਵਾਸਤੇ ਸਾਨੂੰ ਪਹੁੰਚਣਾ ਪੈਣਾ ਸੀ ਤੇ ਅਸੀਂ ਤੇ ਇਸ ਤੋਂ ਆਏ ਲੇਕਿਨ ਆ ਕੇ ਦੁੱਖ ਜਾਂ ਅਫਸੋਸ ਮੇਰੇ ਹੱਲ ਦੋਨੋਂ ਲਫ਼ਜ਼ ਹੀ ਛੋਟੇ ਨੇ ਕਿ ਇੱਥੇ ਆਏ ਆ ਤੇ ਫਿਰ ਸਿਰਫ ਉਹਨਾਂ ਦੇ ਬੱਚੇ ਔਰ ਸ਼ੋਬਿਸ ਦੇ ਤਿੰਨ ਤੋਂ ਚਾਰ ਲੋਕ ਇਕ ਉਹਨਾਂ ਦਾ شاਗਿਰਦ ਅੰਗਿੰਤ ਦਰਜਣਾ ਦਾਵੇਦਾਰ ਲੋਕ ਮੌਜੂਦ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਅਮਾਨੁੱਲਾਹ ਸਾਹਿਬ ਦੇ شاਗਿਰਦਾਂ ਲੇਕਿਨ ਇੱਥੇ ਕੋਈ ਅਮਾਨ ਸਾਹਿਬ ਦਾ شاਗਿਰਦ ਸਾਨੂੰ ਨਜ਼ਰ ਨਹੀਂ ਆਇਆ ਅਲਬਤਾ ਉਹ ਸਾਨੂੰ ਕੋਈ ਵਜ਼ਾਹਤ ਦੇਣੀ ਚਾਹਣ ਤਾਂ ਜ਼ਰੂਰ ਸਾਡੇ ਨਾਲ ਰਾਬਤਾ ਕਰਨ ਅਸੀਂ ਉਹਨਾਂ ਦੀ ਵਜ਼ਾਹਤ ਜਿਹੜੀ ਹੈ اور ریکارڈ ਕਰਕੇ ਤੇ سی او ਵੀ ਚਲਾਵਾਂਗੇ ਅਲਪਤਾ ਇੱਥੇ ਸਾਨੂੰ ਕੋਈ ਨਜ਼ਰ ਨਹੀਂ ਆਇਆ ਤੇ ਗੱਲ ਕਰਨੇ ਆ ਟਿੱਪੂ ਸਾਹਿਬ ਨਾਲ ਅਸਲਾਮੁਅਲੈਕਮ ਜੀ ਜੀ ਵੈਲਕਮ ਅਸਲਾਮ ਕੀ ਹਾਲ ਨੇ ਅਦਰਾਨ ਸਾਹਿਬ ਤੁਹਾਡੇ ਸ਼ੁਕਰ ਹੈ ਅੱਲਾਹ ਦਾ ਬਾਬਰ ਭਾਈ ਬਿਲਕੁਲ ਮਜ਼ਾਜੇ ਕਰ ਹਮਦੁਲਿਲਾ ਬਿਲਕੁਲ ਠੀਕ ਤੁਸੀਂ ਸੁਣਾਓ ਸਰ ਤੁਸੀਂ ਕੈਸੇ ਹੋ ਅਲਹਮਦੁਲਿਲਾ ਆਹ ਵਾਈਂ ਬੈਠਾ ਅਦਰਾਨ ਸਾਹਿਬ ਸਭ ਤੋਂ ਪਹਿਲੇ ਤੇ ਕਿ ਅੱਲਾਹ ਤਾਲਾ ਆਮਨ ਸਾਹਿਬ ਨੂੰ ਜੰਨਤੁਲ ਫਰਦੋਸ ਦੀ ਜਗਾਹ عطا ਕਰੇ ਆਮੀਨ ਯਾ ਰੱਬੁਲ ਆਲ ਤੇ ਤੁਹਾਨੂੰ ਜਿਹੜਾ ਸਬਰ ਹੈ ਉਹ ਦਵੇ ਜੀ ਆਮੀਨ ਕਿਉਂਕਿ ਕਾਸਟਰ ਤੁਹਾਡੇ ਉਹ ਇੱਕ ਬਿਹਤਰੀਨ ਦੋਸਤ ਵੀ ਸਨ ਹਾਂਜੀ ਹਾਂਜੀ ਬਿਲਕੁਲ ਤੁਹਾਡੇ ਫਰੈਂਡਸ ਹਨ ਮੇਰੇ ਫਰੈਂਡਸ ਹਨ ਉਹ ਮੈਨੂੰ ਮੈਨੂੰ ਛੇੜਦੇ ਵੀ ਮੈਨੂੰ ਟ੍ਰੀਟ ਵੀ ਦੋਸਤਾਂ ਤਰ੍ਹਾਂ ਕਰਦੇ ਸੀ ਮੈਂ ਆਣਾ ਉਹਨਾਂ ਕੋਲ ਤੇ ਮੈਂ ਆਇਆ ਇੱਕ ਦਮ ਉਹਨਾਂ ਨੇ ਕੋਈ ਗੱਲ ਕੀਤੀ ਤੇ ਮੈਂ ਹੱਸਿਆ ਮੈਂ ਨਾ ਹੱਸਿਆ ਕਿ ਮੇਰੀ ਅੱਖਾਂ ਚੋਂ ਪਾਣੀ ਨਿਕਲਿਆ ਤੇ ਮੇਰਾ ਗਰੇਬਾਨ پکڑ ਕੇ ਕਹਿੰਦੇ ਕਿੰਨੀ ਦੇਰ ਤੇਰੀ ਸੈਲਰੀ ਚਲੇਗੀ ਠਾਕੁਰ ਇਹ ਐਨਾ ਖੁਸ਼ਨਾ ਹੋ ਜ਼ਰੂਰਤੋਂ ਜ਼ਿਆਦਾ ਕਿ ਫੇਰ ਤੂੰ ਮੇਰੇ ਕੋਲ ਮੰਗਣੇ ਆ ਫੇਰ ਤੂੰ ਮੇਰੇ ਕੋਲ ਮੰਗਣੇ ਨੇ 20 ਤਰੀਕ ਇੰਜ ਹੋਣੀ ਹੈ ਤੇ ਤੂੰ ਮੇਰੇ ਪਿੱਛੇ ਪਿੱਛੇ ਤੇ ਮੈਨੂੰ ਟ੍ਰੀਟ ਹੀ ਇੰਜ ਕਰਦੇ ਸੀ ਮੈਨੂੰ ਫੋਨ ਕੀਤਾ ਮੈਨੂੰ ਕਹਿੰਦੇ ਓਏ ਕਿੱਧਰ ਹੈ ਮੈਗਾ ਜੀ ਪਾਪਾ ਜੀ ਮੈਂ ਨਾ ਇੱਕ ਮੀਟਿੰਗ 'ਚ ਬੈਠਾ ਹਾਂ ਤੇ ਡਾਕਟਰਸ ਨੇ ਕੁਝ ਫੋਰਨਰਸ ਆਏ ਨੇ ਤੇ ਅਸੀਂ ਕੋਰਸ ਕਰਵਾ ਰਹੇ ਹਾਂ ਲਾਈਵ ਸਰਜਰੀ ਹੋ ਰਹੀ ਉਹਨਾਂ ਨੂੰ ਸਮਝ ਨਹੀਂ ਆਈ ਬਸ ਐ ਪਤਾ ਮੈਂ ਬੀਜ਼ੀ ਹਾਂ ਘੰਟੇ ਬਾਅਦ ਫੇਰ ਫੋਨ ਕੀਤਾ ਕਹਿੰਦੇ ਹੁਣ ਕੀ ਕਰ ਰਹੇ ਆ ਮੈਂ ਕਿਹਾ ਜੀ ਮੈਂ ਮੀਟਿੰਗ 'ਚ ਹਾਂ ਡਾਕਟਰ ਸਹਰਾਤ ਨਾਲ ਬੈਠੇ ਨੇ ਮੈਨੂੰ ਕਹਿੰਦੇ ਬਾਹਰ ਆ ਕੇ ਮੇਰੀ ਗੱਲ ਸੁਣ ਮੈਂ ਬਾਹਰ ਗਿਆ ਮੈਨੂੰ ਕਹਿੰਦੇ ਜਿਹੜਾ ਤੂੰ ਇੱਜ਼ਤ ਨਾਲ ਫਿਰਨ ਨਹੀਂ ਆਣਾ ਮੈਂ ਸਾਰਿਆਂ ਨੂੰ ਦੱਸ ਦੇਣਾ ਤੂੰ ਢਾੜੀ ਹੈ ਇਹ ਟਰਾਂਸਲੇਟ ਕਰਦਾ ਢਾੜੀ ਬਰਾਸੀ ਬਰਾਸੀ ਹੈ ਆਰੇ ਉਹਨੂੰ ਮੈਂ ਦੱਸ ਦੇਣਾ ਤੇ ਮੇਰੀ ਸਭੀ ਸਤ ਖਰਾਬ ਹੋ ਜਾਣੀ ਉਹ ਸਰ 24 ਘੰਟੇ ਆ ਸੰਦੇ ਹੀ ਰਹਿੰਦੇ ਸੀ ਸੀਰੀਅਸ ਰਹਿਣਾ ਹੀ ਨਾ ਉਹਨਾਂ ਨੇ ਕੋਈ ਟਰੈਜਡੀ ਵਾਲੀ ਵੀ ਗੱਲ ਕਰਨ ਦੀ ਹੈ ਤੇ ਉਹਨਾਂ ਕਰ ਰਹੇ ਆ ਤੇ ਉਹਨਾਂ ਨੇ ਇੱਕ ਦੋ ਚਾਰ ਸੈਕਿੰਡ ਲਈ ਉਹਨਾਂ ਨੂੰ ਇਹ ਫੀਲਿੰਗ ਆਣੀ ਕਿ ਆਰੇ ਬੰਦਾ ਪਰੇਸ਼ਾਨ ਹੈ ਹਾਏ ਹਾਏ ਤੇ ਉਸ ਤੋਂ ਫੌਰਨ ਬਾਅਦ ਉਹਨਾਂ ਦੀ ਕੋਸ਼ਿਸ਼ ਹੈ ਹੁੰਦੀ ਸੀ ਕਿ ਜਿਹੜਾ ਬੰਦਾ ਮੇਰੇ ਅੱਗੇ ਪਰੇਸ਼ਾਨ ਬੈਠਾ ਹੈ ਨੂੰ ਮੈਂ ਹਸਾਣਾ ਕਿਸ ਤਰ੍ਹਾਂ ਤਾੜ ਚ ਬੈਠੇ ਹੁੰਦੇ ਸੀ ਅੱਲਾਹ ਤਾਲਾ ਉਹਨਾਂ ਵਾਸਤੇ ਆਸਾਨੀਆਂ ਆਵੇ ਮੰਜ਼ਲ ਜਿਹੜੀ ਹੋਣੀ ਹੈ ਸਾਬ ਕਰੇ ਆਮੀਨ ਰੱਬੁਲ ਆਲਮੀਨ ਆਮੀਨ ਰੱਬੁਲ ਆਮੀਨ ਰੱਬੁਲ ਬਹੁਤ ਹੀ ਸ਼ਫੀਕ ਬਾਪ ਔਰ ਬਹੁਤ ਹੀ ਸ਼ਫੀਕ ਇਨਸਾਨ ਸਣ ਮੈਂ ਇਹ ਪੁੱਛਣਾ ਚਾਹਨਾ ਦਰਾਨ ਸਾਹਿਬ ਜਿਹੜਾ ਅੱਜ ਦਾ ਮੰਜ਼ਰ ਹੈ ਹੂੰ ਹੂੰ ਇਹ ਕੀ ਦੇਖ ਰਹੇ ਹੋ ਤੁਸੀਂ ਕੀ ਮੈਂ ਤੇ ਹਲੇ ਤੇ ਇੱਕ ਸਾਲ ਹੋਇਆ ਮਾਨ ਸਾਹਿਬ ਹਾਂਜੀ ਇੱਕ ਸਾਲ ਹੋਇਆ ਮੈਂ ਮੇਰੇ ਘਰਲੇ ਕੈਮਰਾ ਔਨ ਹੋਣ ਤੋਂ ਪਹਿਲੇ ਮੈਂ ਪੁੱਛ ਰਿਹਾ ਸੀ ਸਪੈਸ਼ਲੀ ਮੰਜ਼ਰ ਅੰਕਲ ਨੂੰ ਇਹ ਮੇਰੇ ਵੱਡੇ ਭਾਈ ਨੇ ਮੇਰੇ ਦੋਸਤ ਨੇ ਬੜਾ ਪਿਆਰ ਕਰਦੇ ਨੇ ਅਸੀਂ ਇਹਨਾਂ ਦੇ ਅੰਤਾਂ 'ਚ ਜਵਾਨ ਹੋਏ ਆ ਬਾਬਰਬਾਈ ਤੁਹਾਨੂੰ ਵੀ ਮੈਂ ਸੇਮ ਸਵਾਲ ਕਰ ਰਿਹਾ ਸੀ ਕਿ ਅਮਾਨ ਸਾਹਿਬ ਦਾ ਬਰਸੀ ਦਾ ਇਸ਼ਤਿਹਾਰ ਲਗਾ ਦਿੱਤਾ ਫੇਸਬੁਕ ਤੇ ਜੋ ਅੱਜਕੱਲ ਸੋਸ਼ਲ ਮੀਡੀਆ ਲੋਕ ਯੂਜ਼ ਕਰਦੇ ਨੇ ਉਹ ਲਗਾਣ ਤੋਂ ਬਾਅਦ ਫਿਰ ਵਟਸਐਪ ਤੇ ਫਾਰਵਰਡ ਕਰਨ ਤੋਂ ਬਾਅਦ ਯਾਨੀ ਟੈਲੀਫੋਨ ਕਰਨਾ ਵੀ ਜ਼ਰੂਰੀ ਹੁੰਦਾ ਹੈ ਨਹੀਂ ਨਹੀਂ ਉਹ ਸਿਰਫ ਅਜੀਜ਼ਾ ਨੂੰ ਕਰਨਾ ਹੁੰਦਾ ਦੱਸੋ ਹਾਂਜੀ ਬਿਲਕੁਲ ਸਾਨੂੰ ਤੁਸੀਂ ਕੋਈ ਫੋਨ ਤਾਂ ਨਹੀਂ ਨਾ ਕੀਤਾ ਨਹੀਂ ਦੇਖੋ ਨਾ ਤੁਹਾਨੂੰ ਨਹੀਂ ਫੋਨ ਕੀਤਾ ਜੋ ਖੁਦ ਪਹੁੰਚੇ ਜਿਹੜੇ ਹੋਰ ਚਲੋ ਦੋ ਚਾਰ ਜੀ ਆਏ ਹੋਰ ਜਿਹੜੇ ਲੋਕ ਨੇ ਉਹਨਾਂ ਦੇ ਸ਼ਾਗਿਰਦ ਦਾ ਮਾਨ ਸੋਨਾ ਸਾਹਿਬ ਵਹੀਦ ਉਹਨਾਂ ਦਾ ਸ਼ਾਗਿਰਦ ਇਹ ਉਹ ਸਾਨੂੰ ਟਰੇਸ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਯਾਦ ਹੈ ਕਿ 6 ਮਾਰਚ ਵਾਲੇ ਦਿਨ ਮਾਨ ਸਾਹਿਬ ਐਤੋਂ ਇੰਤਕਾਲ ਕਰ ਗਏ ਸੀ ਤੇ ਅੱਜ ਉਹਨਾਂ ਦੀ ਵਰ੍ਹੇ ਸਿਰ ਤੇ ਉਹਨਾਂ ਨੇ ਸਾਨੂੰ ਲੱਭ ਲਿਆ ਜਿੱਧਰ ਵੀ ਅਸੀਂ ਵਰ੍ਹੇ ਸਿਰ ਕਰ ਰਹੇ ਹਾਂ ਤੇ ਬਾਕੀ ਤੁਹਾਡੇ ਸਾਹਮਣੇ ਹੀ ਹੈ ਨਹੀਂ ਨਹੀਂ ਅੱਜ ਤੇ ਲੱਭਣਾ ਹੈ ਦਨਾਨ ਸਾਹਿਬ ਦੇਖੋ ਨਾ ਇਹ ਤੇ ਬੇਵਕੂਫਾਨੀ ਗੱਲ ਹੈ ਹਾਂਜੀ ਕਿ ਲੋ ਜੀ ਮੈਨੂੰ ਘਰ ਦਾ ਨਹੀਂ ਸੀ ਪਤਾ ਮੈਨੂੰ ਫਲਾਂ ਨਹੀਂ ਸੀ ਪਤਾ ਅੱਜ ਤੇ ਦੇਖੋ ਨਾ ਜੀ ਉਹ ਲੋਕੇਸ਼ਨ ਨੇ ਇੰਨੇ ਕ ਮਸਲੇ ਹੱਲ ਕਰ ਦਿੱਤੇ ਨੇ ਤੁਹਾਨੂੰ ਪੁੱਛ ਕੇ ਤੇ ਮੈਂ ਲੋਕੇਸ਼ਨ ਲਿਖ ਵੀ ਸਕਣਾ ਤੇ ਤੁਹਾਡੇ ਕੋਲ ਮੈਂ ਸੈਂਡ ਵੀ ਕਰਵਾ ਸਕਦਾ ਹਾਂ ਬਿਲਕੁਲ ਉਹਨੂੰ ਫਾਲੋ ਕਰਕੇ ਤੇ ਮੈਂ ਤੁਹਾਡੇ ਬੂਹੇ 'ਤੇ ਆ ਜਾਣਾ ਤੇ ਕੋਈ ਗੱਲ ਹੈ ਹੀ ਨਹੀਂ ਤੇ ਆ ਫੋਨ ਕਿਹੜੇ ਮਰਜ਼ੀ ਭਲਾ ਦੇ ਦੁਆ ਨੇ ਮਤਲਬ ਅੱਜ ਕੱਲ ਜਿੰਨਾ ਫਾਸਟ ਦੌਰ ਜਾ ਰਹੇ ਆ ਨੇ ਐਕਸਕਿਊਜ਼ਸ ਰਹਿੰਦੇ ਨਹੀਂ ਕਿ ਯਾਰ ਮੇਰੇ ਕੋਲ ਮਤਲਬ ਮੈਨੂੰ ਐਡਰੈਸ ਨਹੀਂ ਸੀ ਪਤਾ ਜਾਂ ਤੁਸੀਂ ਮੈਨੂੰ ਇਤਲਾ ਨਹੀਂ ਕੀਤੀ ਮੈਂ ਇਸ਼ਤਿਹਾਰ ਨਹੀਂ ਦੇਖਿਆ ਅੱਜ ਕੱਲ ਤੇ ਲੋਕ ਵਟਸਐਪ ਸਟੇਟਸ ਲਗਾ ਰਹੇ ਨੇ ਫੇਸਬੁੱਕ ਸਟੋਰੀਜ਼ ਲਗਾ ਰਹੇ ਨੇ ਔਰ ਬੜਾ ਅੱਛਾ ਮੀਡੀਆ ਮੇ ਸੋਸ਼ਲ ਮੀਡੀਆ ਹਰ ਬੰਦੇ ਤੱਕ ਆਵਾਜ਼ ਪਹੁੰਚਾ ਦੇ ਨਾਲ ਅਸੀਂ ਆਪਣੇ ਤੌਰ ਤੇ ਤੇ ਪੂਰੀ ਐਫਰਟ ਕੀਤੀ ਸੀ ਹਰ ਬੰਦੇ ਤੱਕ ਪੈਗਾਮ ਪਹੁੰਚਾਣ ਦੀ ਲੇਕਿਨ ਹੁਣ ਤੇ ਵੇ ਕਿ ਤੁਸੀਂ ਰੋਟੀ ਵੀ ਖਾ ਲਓ ਸਾਰੇ ਮਾਮਲੇ ਤਾਂ ਠੀਕ ਹੋਣਾ ਤੇ ਤੁਹਾਡਾ ਸਿਰਫ ਨੈਟ ਪੈਕੇਜ ਖਤਮ ਹੋਇਆ ਉਹਨੇ ਤਾਂ ਬੰਦੇ ਨੂੰ ਐਵੇਂ ਜਿਹੜੀ ਨਾ ਉਹ ਅਚਕਮ ਨਹੀਂ ਹੁੰਦੀ ਹੈ ਕਿ ਯਾਰ ਹੋਰੇ ਕਿਹੜੀ ਚੀਜ਼ ਜਿਹੜੀ ਉਕੂਲ ਨਹੀਂ ਮਤਲਬ ਕਿਹੜੀ ਐਸੀ ਚੀਜ਼ ਹੈ ਕੁਝ ਨਹੀਂ ਦੇਰ ਤੱਕ ਜੋ ਜਰੂਰਤ ਬਣ ਗਿਆ ਨਾ ਜੀ ਬਿਲਕੁਲ ਐਂ ਜੀ ਮੈਂ ਆਪਣਾ ਮੋਬਾਈਲ ਹੈ ਮੈਂ ਇੱਕ ਇੱਕ ਸੈਕਿੰਡ ਵਾਸਤੇ ਮਿੰਟ ਤੇ ਬਹੁਤ ਲੰਮਾ ਹੁੰਦਾ ਹੈ ਇੱਕ ਸੈਕਿੰਡ ਵਾਸਤੇ ਮੈਂ ਤਾਂ ਨੈਟ ਨਹੀਂ ਬੰਦ ਕਰ ਸਕਦਾ ਬਿਲਕੁਲ ਐਂ ਜੀ ਕਿਉਂਕਿ ਪਤਾ ਨਹੀਂ ਕਿਹੜੇ ਸੈਕਿੰਡ 'ਚ ਮੇਰੀ ਕਿੰਨੀ ਅਹਿਮ ਕਾਲ ਆ ਜਾਣੀ ਹੈ ਕਿ ਬਾਹਰੋਂ ਮੇਰੀਆਂ ਜਿੰਨੀਆਂ ਕਾਲਾਂ ਨੇ WhatsApp ਤੇ ਆਂਦੀਆਂ ਨੇ ਤੇ ਮੈਨੂੰ ਬੰਦ ਕਰਨ ਦੀ ਜ਼ਰੂਰਤ ਬਣ ਗਈ ਨਾ ਜੀ ਕਿਉਂਕਿ ਦੁਨੀਆ ਜਿੱਥੇ ਜੁੜ ਗਈ ਹੈ ਤੁਹਾਨੂੰ ਨਾਲ ਉਹਦੇ ਜੁੜਨਾ ਪਏਗਾ ਹਾਂ ਜੀ ਇੰਟਰਨੈਟ ਨੇ ਤੇ ਸਰ ਦੇਖੋ ਮੈਨੂੰ ਮਾਨ ਸਾਹਿਬ ਦਾ ਇੱਕ ਵਾਕਿਆ ਯਾਦ ਆ ਗਿਆ ਬਿਮਾਰ ਹੋ ਗਏ ਸੀ ਨਾ ਜਿੰਨਾ ਦਿਨਾਂ 'ਚ ਤੇ ਕੰਮਸ਼ੇਮ ਰਿਕਾਰਡਿੰਗ ਵਗੈਰਾ ਤਾਂ ਨਹੀਂ ਜਾਂਦੇ ਸੀ ਤੇ ਉਹ ਮੇਰੇ ਸਾਡੀ ਭਤੀਜੀ ਹੈਗੀ ਹੈ ਤੇ ਉਹਨੇ ਫੋਨ ਕੀਤਾ ਪੀਟੀਸੀਲ ਨੂੰ ਬੱਚੇ ਅੱਜਕੱਲ ਬੜੇ ਪਰੇਸ਼ਾਨ ਹੋ ਜਾਂਦੇ ਇੰਟਰਨੈਟ ਅਕ ਠੀਕ ਨਾ ਆ ਰਿਹਾ ਵੇ ਉਹ ਬੱਚੀ ਨੇ ਫੋਨ ਕੀਤਾ ਪੀਟੀਸੀਲ ਨੂੰ ਦਫਤਰ ਦੇ ਵਿੱਚ ਕਿ ਅੰਕਲ ਇਹ ਦੇਖੇ ਨਾ ਕਿ ਮੇਰਾ ਇੰਟਰਨੈਟ ਨਹੀਂ ਚੱਲ ਰਹਾ ਹੁਣ ਮੈਂ ਕੀ ਕਰੂੰ ਉਧਰੋਂ ਜਵਾਬ ਨਹੀਂ ਆਇਆ ਤੇ ਖਾਨ ਸਾਹਿਬ ਕਹਿੰਦੇ ਕੋਈ ਘਰ ਦਾ ਕੰਮ ਕਰ ਲੈ ਸਾਰੇ ਬਾਰਾ ਤੁਸੀਂ ਆਵਾਜ਼ ਉਠਾਈ ਹੈ ਸਰ ਤੁਹਾਡੀ ਮੁਹੱਬਤ ਦੇ ਦੇਖੋ ਤੁਹਾਨੂੰ ਦਰਦ ਮਹਿਸੂਸ ਹੋਇਆ ਹੈ ਦਰਦ ਉਹਨੂੰ ਮਹਿਸੂਸ ਹੁੰਦਾ ਜਿਹਦੇ ਸੀਨੇ ਚ ਦਿਲ ਹੋਵੇ ਜੇ ਮੰਦਰ ਸਾਹਿਬ ਦਾ ਜਿਹੜਾ ਮੰਦਰ ਆ ਕੇ ਤੁਸੀਂ ਇੱਥੇ ਸਾਨੂੰ ਅੱਜ ਵਹਾ ਦਿੱਤਾ ਹੈ ਤੁਹਾਡਾ ਵੀ ਨਾਮ ਮੰਦਰ ਹੈ ਤੇ ਅੱਗੇ ਜਿਹੜਾ ਮੰਦਰ ਵਹਾਇਆ ਜੇ ਜਿਹੜੀਆਂ ਗੱਲਾਂ ਤੁਸੀਂ ਬੋਲਦੇ ਹੋ ਨਾ ਮੈਨੂੰ ਜ਼ਿੰਦਗੀ ਚ ਕਦੀ ਇਸ ਗੱਲ ਦਾ ਅਫਸੋਸ ਨਹੀਂ ਹੋਇਆ ਵਾਹ ਵਾਹ ਕਿ ਉਹ ਫਲਾਣਾ ਨਹੀਂ ਆਇਆ ਫਲਾਣੇ ਨੇ ਫੋਨ ਬਿਲਕੁਲ ਨਹੀਂ ਕਿਉਂਕਿ ਜਿਹੜੀ ਸਾਡੀ ਇਹ ਮਿੱਟੀ ਦੇ ਖੈਰ ਸਾਡੀ ਪਾ ਕੇ ਪਾਕਿਸਤਾਨ ਦੀ ਲੇਕਿਨ ਜਿਹੜੀ ਇੱਥੇ ਫਸਲ ਹੋ ਰਹੀ ਨਾ ਅੱਜ ਕੱਲ ਕਾਫੀ ਅਰਸੇ ਤੋਂ ਉਹ ਉਹ ਮੌਸਮ ਕੁਛ ਫਸਲ ਹੈ ਹਾਂਜੀ ਅਸੀਂ ਇਸਾਨ ਫਰਾ ਮੋਸ਼ ਆ ਸਾਰੇ ਸਿਰਫ ਇਹ ਨਹੀਂ ਕਿ ਇੱਥੇ ਅਮਾਨਜ਼ਾ ਤੇ ਕੋਈ ਨਹੀਂ ਹੈ ਤੇ ਦੂਜੀ ਗੱਲ ਰਹੀ ਗੱਲ ਕਿ ਬਰਸੀ ਦੀ ਬਰਸੀ ਕੋਈ ਇਸ਼ੂ ਨਹੀਂ ਹਾਲਾ ਮੈਂ ਇਹ ਬਰਸੀਆਂ ਬਰਸੀਆਂ ਨੂੰ ਬਿਲਕੁਲ ਮੈਂ ਮੰਨਣ ਤੋਂ ਮਰਾਦ ਕਿ ਮੈਂ ਇਹਨੂੰ ਕੋਈ ਐਡਾ ਅਹਿਮ ਮਸਲਾ ਨਹੀਂ ਸਮਝਦਾ ਅਸੀਂ ਮੈਂ ਆਪਣੀ ਗੱਲ ਕਰਦਾ ਵਾਂ ਉਸਾ ਦਾ ਤੁਹਾਡੇ ਦਿਨ ਚ ਵੀ ਇਹੀ ਹੋਵੇ ਕਿ ਮੈਂ ਅੱਜ ਸਿਰਫ ਇੱਥੇ ਇਸ ਲਈ ਆਇਆ ਹਾਂ ਕਿ ਇਹ ਬੱਚੇ ਨੇ ਯਤਿਮ ਬੱਚੇ ਨੇ ਇਹਨਾਂ ਦੀ والدہ ਬੇਵਾਹ ਵੇ ਸਿਰਫ ਇਹਨਾਂ ਨੂੰ ਇਹ ਅਹਿਸਾਸ ਦਿਵਾਉਣ ਆਇਆ ਹਾਂ ਕਿ ਮੈਂ ਤੁਹਾਡੇ ਨਾਲ ਹਾਂ ਅੱਲਾ ਦੀ ਹਾਲਾਂ ਇਹਨਾਂ ਨੂੰ ਕਿਸੇ ਸ਼ਾਇਦੀ ਲੋੜ ਨਹੀਂ ਮੈਂ ਇਸ ਗੱਲ ਨੂੰ ਪ੍ਰਾਊਡ ਫੀਲ ਕਰਨਾ ਕਿ ਅਮਾਨੁੱਲਾ ਸਾਹਿਬ ਆਪਣੇ ਸਾਰਿਆਂ ਬੱਚਿਆਂ ਨੂੰ ਪੜਾ ਕੇ ਗਏ ਨੇ ਔਰ ਸਾਰਿਆਂ ਬੱਚਿਆਂ ਨੂੰ ਉਹਨਾਂ ਨੇ ਖੁੱਲਾ ਮੈਦਾਨ ਦਿੱਤਾ ਹੈ ਅਪਰਚੂਨਿਟੀਆਂ ਦਿੱਤੀਆਂ ਨੇ ਉਹਨਾਂ ਨੂੰ ਕਿ ਭਾਈ ਜੋਬ ਬਣਨਾ ਜੇ ਭਰ ਲੋ ਐ ਦੀਪੂ ਵੀ ਮਾਸ਼ਾਅੱਲਾ ਅੱਛੀ ਤਲੀਮ ਹਾਸਲ ਕੀਤੀ ਇਹਦੀਆਂ ਭੈਣਾਂ ਨੇ ਵੀ ਅੱਛੀ ਤਲੀਮ ਕੀਤੀ ਅਦਰ ਜਿਹੜੇ ਨੇ ਉਹਨਾਂ ਦੇ ਦੂਜੇ ਬੱਚੇ ਦੂਜੀਆਂ ਬੀਵਿਆਂ ਚੋਂ ਉਹ ਵੀ ਮਾਸ਼ਾਅੱਲਾ ਬਿਹਤਰੀਨ ਪੜ੍ਹੇ ਲਿਖੇ ਨੇ ਠੀਕ ਹੈ ਜੀ ਤੇ ਬਾਕੀ ਇਹ ਗੱਲ ਜੇ ਤੁਸੀਂ ਕਹਿੰਦੇ ਹੋਗੇ ਉਹਨਾਂ ਦੇ ਸ਼ਗਿਰਦਾਂ ਦੀ ਤੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਭੈੜਿਓ ਇਹਨਾਂ ਨੇ ਨਾ ਤੁਹਾਡੇ ਕੋਲ ਕੁਝ ਲੈਣਾ ਹੈ ਤੇ ਨਾ ਇਹਨਾਂ ਮੰਗਣਾ ਤੁਹਾਡੇ ਕੋਲੋਂ ਇਹ ਖੁਦ ਆਪ ਦਿੰਦੇ ਨੇ ਮਾਸ਼ਾਅੱਲਾ ਠੀਕ ਹੈ ਜੀ ਸਿਰਫ ਤੁਸੀਂ ਇਸ 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 ਵਾਰ ਤੇ ਆ ਜਾਂਦੇ ਕਈ ਯਾਰੀ ਦੀਮ ਬਚੇ ਨੇ ਇਹਨਾਂ ਦੇ ਸਾਡੇ ਹੱਥ ਨੇ ਭਾਬੀ ਜੀ ਅਸੀਂ ਆ ਗਏ ਆ ਮਾਂ ਜੀ ਆਂਟੀ ਜੀ ਚਲੋ ਮਾਂ ਮਾਮਾ ਜੋ ਵੀ ਕਿ ਅਸੀਂ ਆ ਗਏ ਆ ਜੀ ਮੈਂ ਆਇਆ ਮੈਂ ਤਾਂ ਮੈਨੂੰ ਆਂਦੇ ਪਛਾਣ ਲਿਆ ਉਹਨਾਂ ਨੇ ਮਾਸ਼ਾਅੱਲਾ ਮੈਂ ਸਲਾਮ ਕੀਤੀ ਉਹਨਾਂ ਨੇ ਕਿਹਾ ਇਧਰ ਭਾਈ ਜੀ ਅੰਦਰ ਆ ਜਾ ਠੀਕ ਹੈ ਤੇ ਗੱਲ ਕਰਨ ਦਾ ਮਤਲਬ ਇਹ ਵੇ ਕਿ ਇਹ ਰੀਤ ਖਤਮ ਹੋ ਗਈ ਹੈ ਸਾਡੇ ਪਾਕਿਸਤਾਨ ਦੇ ਵਿੱਚੋਂ ਇਤੋਂ ਖਾਸ ਤੌਰ ਤੇ ਕਿ ਕਿਸੇ ਨੂੰ ਜਾ ਕੇ ਹੌਸਲਾ ਦੇਣਾ ਆਇਆ ਕਿਸੇ ਨੂੰ ਹੌਸਲਾ ਦੇਣਾ ਹੌਸਲਾ ਦੇਣਾ ਕਿਸੇ ਨੂੰ ਜਾ ਕੇ ਕਹਿਣਾ ਕਿ ਭਾਈ ਇਟਾ ਹੋਰ ਮੈਂ ਅਸੀਂ ਦੇ ਕੀ ਹਾਲ ਹੈ ਜੀ ਮੈਨੂੰ ਕੋ ਬੰਦਾ ਕਹਿੰਦਾ ਭਾਜੀ ਕੋ ਸਾਡੇ ਲੈ ਖidmat ਤੇ ਮੈਂ ਕਹਿੰਦਾ ਬਕਵਾਸ ਬੰਦ ਕਰ ਉਹ ਖidmat ਕਰਕੇ ਕਹਿਦਾ ਆਹ ਆਹ ਕਿ ਭਾਜੀ ਹੋਰ ਸਾਡੇ ਲੈ ਕੋ ਖidmat ਗੱਲ ਸਮਝਿਆ ਨੇ ਮੈਂ ਕਹਿੰਦਾ ਕੋ ਸਾਡੇ ਲੈ ਹਾਂ ਜੀ ਮੈਂ ਤੁਹਾਡੇ ਤੁਹਾਨੂੰ ਕਈ ਵਾਰੀ ਮੈਂ ਤੁਹਾਨੂੰ ਕਈ ਕੰਮ ਕਹੇ ਨੇ ਤੁਸੀਂ ਕਹਿੰਦੇ ਜੀ ਇਹ ਪਤਾ ਨਹੀਂ ਹੋਇਆ ਮੈਂ ਕਹਿੰਦਾ ਯਾਰ ਫਜ਼ੂਲ ਗੱਲ ਨਾ ਕਰ ਇਹ ਮੈਂ ਡੰਨ ਕਰ ਆਇਆ ਹਾਂ ਹੁਣ ਤੂੰ ਜਿੱਥੋਂ ਵੀ ਕੀਤਾ ਜੋ ਵੀ ਕੀਤਾ ਤੂੰ ਕੰਮ ਹੋ ਗਿਆ ਮੈਂ ਤੇਰੀ ਤਾਰੀਫ ਨਹੀਂ ਕਰ ਰਿਹਾ ਮੈਂ ਤੇਰੇ ਅਜ਼ਮ ਦੀ ਗੱਲ ਕਰ ਰਿਹਾ ਤੇਰੇ ਨiyet ਦੀ ਗੱਲ ਕਰ ਰਿਹਾ ਕਿਉਂਕਿ ਅਸੀਂ ਨiyet ਕੀਤੀ ਏ ਕਿ ਯਾ ਅੱਲਾ ਸਾਰੀ ਜ਼ਿੰਦਗੀ ਤੇਰੀ ਰਜ਼ਾ ਵਾਸਤੇ ਅਸੀਂ ਕੰਮ ਕਰਾਂਗੇ ਗੱਲ ਸਮਝਣਾ ਤੇ ਜਿਉ ਸਾਰੇ ਇਹੋ ਹੀ ਸੋਚਦੇ ਕਿ ਯਾਰ ਸਾਡਾ ਅੱਬਾ ਅਸੀਂ ਸਾਡਾ ਉਸਤਾਦ ਦੀ ਅੱਲਾ ਨੂੰ ਖੁਸ਼ ਕਰਨ ਵਾਸਤੇ ਅਸੀਂ ਇਜ਼ਤੀਮਨ ਮਿਲ ਲਈ ਜਾ ਕੇ ਬੇਵਾਰਤ ਨੂੰ ਮਿਲ ਲਈ ਹੈ ਨਹੀਂ ਸਵਾਬ ਦਾ ਕੰਮ ਹੈ ਭਾਈਨ ਸਵਾਬ ਦਾ ਬੜਾ ਇੱਕ ਤੁਸੀਂ ਜਾਂਦੇ ਹੋ ਆਪਣੇ ਵਾਸਤੇ ਇੱਕ ਜਾਂਦੇ ਹੋ ਅੱਲਾ ਦੀ ਰਜ਼ਾ ਵਾਸਤੇ ਤੇ ਉਹ ਸਵਾਬ ਹੋ ਗਿਆ ਅੱਲਾ ਕਹਿੰਦਾ ਮੇਰੇ ਹਾਸ ਜਾ ਰਹੇ ਨੇ ਭਾਈ ਅੱਲਾ ਤਾਲਾ ਉਹਨਾਂ ਦੇ ਉਹਨਾਂ ਦੀ ਸਾਰੇ ਕੰਮ ਸਿੱਧੇ ਕਰ ਦਿੰਦਾ ਜਜ਼ਾਕ ਅੱਲਾਹ ਦੇਖੋ ਅਗਰ ਤੁਹਾਡੇ ਮੇਰੇ ਆਣ ਨਾਲ ਟੋਟਲ ਅਸੀਂ ਮਰੇ ਹਲੇ ਸ਼ੋਬੀਰ ਦੇ ਜਿਹੜੇ ਆ ਅਸੀਂ 7 ਜਾਂ 8 ਲੋਕ ਜ਼ਿਆਦਾ ਇਸ ਤੋਂ ਜ਼ਿਆਦਾ ਨਹੀਂ ਆਇਆ ਸੀ ਮਤਲਬ ਸ਼ਾਮਲ ਆ ਅਗਰ ਸਾਡੇ ਆਣ ਨਾਲ 8ਾਂ ਦੇ ਨਾਲ ਉਹਨਾਂ ਨੂੰ ਇੰਨੀ ਕਿ ਖੁਸ਼ੀ ਹੈ ਤੇ ਅਗਰ ਦੂਸਰੇ ਲੋਕ ਆਂਦੇ ਤੇ ਉਹਨਾਂ ਨੂੰ ਕਿੰਨੀ ਕਿ ਖੁਸ਼ੀ ਹੁੰਦੀ ਔਰ ਯਕੀਨਨ ਅਰਸ਼ ਮੁਹੱਲਾ ਤੇ ਅੱਲਾਹ ਤਾਲਾ ਵੀ ਖੁਸ਼ ਹੁੰਦੇ ਕਿ ਮੇਰੇ ਬੰਦੇ ਉਹ ਯਤੀਮਾਂ ਨੂੰ ਜਾਂ ਜਿਨ੍ਹਾਂ ਨਾਲ ਸਾਥ ਸੀ ਉਹਨਾਂ ਦਾ ਅੱਜ ਉਹਨਾਂ ਨੇ ਉਸ ਗੱਲ ਨੂੰ ਯਾਦ ਰੱਖਿਆ ਉਹਦਾ ਪਾਲਣ ਕੀਤਾ ਔਰ ਉਹ ਜਾ ਕੇ ਉਹਨਾਂ ਨੂੰ ਮਿਲੇ ਨੇ ਔਰ ਉੱਥੇ ਸ਼ਾਮਲ ਹੋਏ ਨੇ ਤੁਹਾਡੀ ਗੱਲ ਠੀਕ ਹੈ ਕਿ ਮਤਲਬ ਬਰਸੀ ਵਾਸਤੇ ਨਾ ਸਹੀ ਫਕਤ ਇਸ ਵਾਸਤੇ ਆ ਜਾਂਦੇ ਕਿ ਇਹ ਬੱਚੇ ਯਤੀਮ ਨੇ ਅਸੀਂ ਇਹਨਾਂ ਦੇ ਸਿਰ ਤੇ ਹੱਥ ਰੱਖਣਾ ਇਹਨਾਂ ਨੂੰ ਮਿਲਣਾ ਬਸ ਤੇ ਬਾਕੀ ਤੇ ਮਾਸ਼ਾਅੱਲਾ ਇਹ ਸਟੈਂਡ ਨੇ ਆਪਣਾ ਅਲਹਮਦੁਲਿਲਾ ਅੱਛੀ ਲਾਈਫ ਗੁਜ਼ਾਰ ਰਹੇ ਨੇ ਬਾਕੀ ਮੇਰਾ ਰਾਬਤਾ ਟੀਪੂ ਨਾਲ ਹਾਂਜੀ ਬਿਲਕੁਲ ਅੱਜ ਵੀ ਮੈਂ ਦੋ ਵਾਰੀ ਮੈਂ ਕਹੀ ਆ ਸੀ ਆ ਰਹੇ ਆ ਗੱਲ ਕਰਨਾ ਮਤਲਬ ਇਹ ਵੇ ਕਿ ਤਲਕ ਹੋਣਾ ਤਲਕ ਹੋਣਾ ਕਦੀ ਨਹੀਂ ਇਹਨੇ ਕਿਹਾ ਅੰਕਲ ਜੀ ਇਹ ਕੰਮ ਨਹੀਂ ਬਲਕਿ ਇਹਨੇ ਹਰ ਵਾਰੀ ਅੱਛੀ ਗੱਲ ਦੱਸੀ ਮੈਨੂੰ ਹਰ ਵਾਰੀ ਅੱਛੀ ਗੱਲ ਦੱਸੀ ਕਿ ਇਹ ਕਰ ਰਹੇ ਆ ਇਹ ਹੋ ਰਿਹਾ ਤੇ ਬਾਕੀ ਮਾਨਸਰ ਦੀ ਜ਼ਿੰਦਗੀ ਨਹੀਂ ਸੀ ਤੇ ਜ਼ਿੰਦਗੀ ਹੁੰਦੀ ਤਾਂ ਬੜਾ ਖੁਸ਼ ਹੋਣਾ ਸੀ ਉਹਨਾਂ ਕਹਿੰਦਾ ਸੀ ਯਾਰ ਇਹ ਟੀਪੂਆ ਕਰ ਰਹੇ ਆ ਫਤੂਕੋ ਉਹ ਚੰਦੇ ਹੀ ਇਹ ਸਨ ਕਿ ਮੇਰੀ ਔਲਾਦ ਜੀ ਨੇ ਪੜੀ ਲਈ ਅਸਲ ਸਿਰਫ ਇਹ ਨਹੀਂ ਲਗੰਦੇ ਕਿ ਤਾਲੀਮ ਹੀ ਆਫਤਾਨ ਉਹਨਾਂ ਦੀ ਖਾਸ ਸੀ ਕਿ ਤਰਬੀਅਤ ਹੀ ਆਫਤਾ ਵੀ ਹੋਣਾ ਹਾਂਜੀ ਹਾਂਜੀ ਬਿਲਕੁਲ ਹਾਂਜੀ ਤਰਬੀਅਤ ਦੀ ਹਫਤਾ ਵੀ ਹੋ। ਇਸ ਵਾਸਤੇ ਸਾਨੂੰ ਇੱਕ ਗਲਤਫਹਮੀ ਹੈ। ਟਨਯੋਰ ਹੈ। 70 ਸਾਲ ਦਾ ਟਨਯੋਰ ਸੀ ਹਮਾਨ ਲੱਗਾ। ਉਹ ਗਏ ਨੇ ਪਤਾ ਨਹੀਂ ਲੱਗਾ। ਇਹ ਸਾਰੇ ਟਨਯੋਰ ਨੇ ਕਿਸੇ ਨੂੰ ਕਿਸੇ ਕੋਲ ਸੈਕਲ ਨਹੀਂ ਸੀ ਮੋਟਰਸਾਈਕਲ ਆ ਗਈ। ਕਿਸੇ ਕੋਲ ਗੱਡੀ ਨਹੀਂ ਸੀ ਆਪਣਾ ਮੋਟਰਸਾਈਕਲ ਨਹੀਂ ਸੀ ਗੱਡੀ ਆ ਗਈ। ਹੈ ਕਿਸੇ ਕੋਲ ਘਰ ਟੈਲੀਫੋਨ ਨਹੀਂ ਸੀ ਦੋ ਦੋ ਟੈਲੀਫੋਨ ਹੱਥੀ ਹੱਥੀ ਦੋ ਦੋ ਟੈਲੀਫੋਨ ਇੰਜ ਫੜਨੇ ਨੇ ਜਿਵੇਂ ਪੋਲੀਓ ਦੇ ਟੀਕੇ ਲਵਾਉਣ ਜਾਂਦੇ ਨੇ। ਹਾਂਜੀ। ਉਹ ਭੈੜਿਓ ਨਾ ਕਰ ਬੰਦਿਆ ਮੇਰੀ ਮੇਰੀ ਨਗਰ ਬੰਦਿਆ ਮੇਰੀ ਮੇਰੀ ਚਾਰ ਦਿਨਾਂ ਦਾ ਮੇਲਾ ਫਿਰ ਮਿੱਟੀ ਦੀ ਢੇਰੀ ਓਏ ਹਰ ਸ਼ਾਇ ਮਿੱਟੀ ਏ ਤੁਸੀਂ ਦੁਨੀਆ ਦੀ ਕੋਈ ਸ਼ਾਇ ਲੇ ਲੋਨ ਮਿੱਟੀ ਦੱਬ ਦਿਓ ਮਿੱਟੀ ਹੋ ਜਾਏਗੀ ਹਾਂਜੀ ਤੁਸੀਂ ਵੀ ਮਿੱਟੀ ਮੈਂ ਵੀ ਮਿੱਟੀ ਮਾਨ ਨਾ ਕਰੋ ਕਿਸੇ ਚੀਜ਼ ਤੇ ਔਰ ਨਾਮ ਮਹਿਸੂਸ ਕਰਾਓ ਅੱਲਾਹੋ ਨਾਮ ਮਹਿਸੂਸ ਕਰਾਓ ਸਿਰਫ ਲੋਕਾਂ ਨੂੰ ਦੱਸੋ ਕਿ ਯਾਰ ਅਸੀਂ ਤੁਹਾਡੇ ਤੁਹਾਡੇ ਸਿਰ ਤੇ ਆਂ ਬਸ ਗੱਲ ਖਤਮ ਨਾ ਲੈਣਾ ਤੇ ਨਾ ਕੀ ਐ ਇੰਨੀਆਂ ਰਿਸ਼ਤੇਦਾਰੀਆਂ ਨੇ ਚਾਚੇ ਬਾਬੇ ਤਾਏ ਅਸੀਂ ਕੋ ਕਿਸ ਨੂੰ ਪੈਸੇ ਦੇਨੇ ਆ ਜਾਂ ਸਾਨੂੰ ਕੋ ਦੇ ਕੇ ਜਾਂਦਾ ਵੇ ਸਿਰਫ ਇੱਕ ਕੀ ਮਿੱਠਾ ਬੋਲ ਹਾਏ ਹਾਏ ਹੈ ਜੀ ਵਾਹ ਵਾਹ ਬੜੀ ਗੱਲ ਨਬੀ پاک صلی ਸਲਮ ਨੇ فرمایا ਦੋ ਚੀਜ਼ਾਂ ਦੇ ਕੰਟਰੋਲ ਕਰ ਲੋ ਤੇ ਜੰਨਤ ਦੀ ਗਾਰੰਟੀ ਤੁਹਾਨੂੰ ਮੈਂ ਦੇ ਦੇਣਾ ਸੁਭਾਨ ਅੱਲਾ ਇੱਕ ਆਪਣੇ ਨਫਸ ਦੇ ਇੱਕ ਆਪਣੀ ਜ਼ੁਬਾਨ ਦੀ ਜ਼ੁਬਾਨ ਹੈ ਜੀ ਵਾਹ ਵਾਹ ਦੁਨੀਆਂ ਨੂੰ ਵੇਖੋ ਤਾਂ ਖੁਸ਼ ਹੋਵੋ ਬਿਲਕੁਲ ਹੈ ਕੋ ਖਾਸ਼ ਆਵੇ ਤੇ ਕੰਟਰੋਲ ਕਰੋ ਗਲਤ ਕੰਮ ਨਹੀਂ ਕਰਨਾ ਅੱਛਾ ਢੀਪੂ ਸਾਹਿਬ ਮੈਂ ਅੱਗੇ ਚਲਾਂਗਾ ਅੱਜ ਦਾ ਮੰਦਰਨਾਮਾ ਤੇ ਅਸੀਂ ਪਬਲਿਕ ਦੇ ਸਾਹਮਣੇ ਰੱਖ ਦਿੱਤਾ ਇਹਦੇ ਕਮੈਂਟਸ ਜਿਹੜੇ ਨੇ ਲੋਕ ਦੇਣਗੇ ਜਾਂ ਜਿਹੜੇ ਦੇਖਣਗੇ ਅਗਰ ਉਹ ਸਾਨੂੰ ਮਤਲਬ ਜਿਹੜੇ ਅਸੀਂ ਜਿਸ ਹਵਾਲੇ ਨਾਲ ਗੱਲ ਕਰ ਰਹੇ ਹਾਂ ਤੇ ਅਗਰ ਕੋਈ ਦੋਸਤ ਆਪਣੀ ਕੋਈ ਪ੍ਰੋਬਲਮ ਜ਼ਾਹਿਰ ਕਰਨੀ ਚਾਹੇ ਤੇ ਕੋਵੇ ਤੇ ਅਸੀਂ ਇਨਸ਼ਾਅੱਲਾ ਵੀਡੀਓ ਬਣਾ ਕੇ ਤੇ ਅਸੀਂ ਉਹ ਚਲਾਵਾਂਗੇ ਔਰ ਉਹਨੂੰ ਪਬਲਿਸ਼ ਕਰਾਂਗੇ ਅੱਛਾ ਜਿਹੜਾ 1 ਸਾਲ ਪੂਰਾ ਗੁਜ਼ਰੇ ਆ ਹੂੰ 6 مارچ 20 ਤੋਂ ਲੈ ਕੇ ਤੇ 6 مارچ 21 ਤੱਕ ਹਾਂਜੀ ਇਸ ਦੌਰਾਨ ਦੇ ਵਿੱਚ ਮਤਲਬ ਮੇਰਾ ਹਾਲੇ ਕਿ ਪਾਕਿਸਤਾਨ ਸ਼ੋਬੀਜ਼ ਕੋਈ ਐਸਾ ਬੰਦਾ ਨਹੀਂ ਜਿਨ੍ਹਾਂ ਨੂੰ ਵੈਸੇ ਕਰੋਨਾ ਬੰਦੇ ਜਾਣਦੇ ਸਨ ਸ਼ੋਬੀਜ਼ ਦਾ ਤੇ ਹਰ ਬੰਦਾ ਛੋਟਾ ਵੱਡਾ ਬਿਲਕੁਲ ਅਮਾਨੁੱਲਾ ਇੱਕ ਨਾਮ ਸੀ ਇੱਕ ਤਾਜ ਦਾ ਨਾਮ ਸੀ ਅੱਲਾਹੁ ਅਕਬਰ ਬਿਲਕੁਲ ਹਾਂਜੀ ਬਿਲਕੁਲ ਹਾਂਜੀ ਅੱਛਾ ਅ ਲਾਹੌਰ ਦੇ ਤਖਤ ਦੇ ਵੈਸੇ ਵਾਰਿਸ ਹਨ ਜਿੱਥੇ ਮਾਨੁਲਲਾ ਸਨ ਉੱਥੇ ਪਬਲਿਕ ਦਾ ਫਲੋ ਸੀ ਅੱਲਾਹੋ ਬਿਲਕੁਲ ਐਂ ਠੀਕ ਹੈ ਜੀ ਬਿਲਕੁਲ ਐਸੇ ਤੂੰ ਐਸੇ ਸਾਲ ਪੂਰੇ ਦੇ ਵਿੱਚ ਕਿੰਨੇ ਕਿੰਨੇ ਤੁਹਾਨੂੰ ਰਾਬਤਾ ਕੀਤਾ ਕੋਈ ਦੁੱਖ ਸੁੱਖ ਪੁੱਛਿਆ ਕਿ ਪੁੱਤਰ ਟੀਪੂ ਕੋਈ ਚਾਹੀਦਾ ਤਾਂ ਨਹੀਂ ਪੁੱਤਰ ਟੀਪੂ ਕੋ ਕੋ ਪ੍ਰੋਬਲਮ ਕੋ ਦੁੱਖ ਸੁੱਖ ਟੀਪੂ ਘਰ ਦੇ ਮਾਮਲੇ ਠੀਕ ਚੱਲ ਰਹੇ ਨੇ ਯਾਰ ਹਮ ਹਮ ਅੱਛਾ ਉਹ ਕੁਛ ਅਸੀਂ ਵੈਸੇ ਮਸਰੂਫ ਹੋਨੇ ਆ ਕਿਸੇ ਤੱਕ ਜਾਂਦੇ ਨਹੀਂ ਆ ਤੇ ਕਾਲ-ਛੋਲ ਤੇ ਕਿਸੇ ਨੇ ਨਹੀਂ ਕੀਤੀ 콜 ਕਰਕੇ ਪੁੱਛਿਆ ਹੋਏ ਕਿ ਕੀ ਚਾਹੀਦਾ ਕੀ ਹਾਂ ਬਲਕੇ ਜੀ ਦੋਨਾਂ ਦੀ ਪਹਿਲੀ ਈਟ ਸੀ ਔਰ ਸਿਰਫ ਸੋਇਲੰਕਨ ਨੇ ਮੈਸੇਜ ਕੀਤਾ ਸੀ ਮੈਨੂੰ ਸੋਇਲੰਮਤ ਸਾਹਿਬ ਨੇ ਹਾਂ ਜੀ ਸੋਇਲੰਕਨ ਨੇ ਮੈਨੂੰ ਮੈਸੇਜ ਕੀਤਾ ਸੀ ਔਰ ਉਹ ਨਿਊ ਇਅਰ ਤੇ ਵੀ ਉਹਨਾਂ ਨੇ ਮੈਨੂੰ ਵਿਸ਼ ਕੀਤਾ ਮੈਸੇਜ ਆਇਆ ਸੀ ਕਿ ਬੇਟਾ ਕੀ ਹਾਲ ਹੈ ਤੁਸੀਂ ਸਾਰੇ ਠੀਕ ਹੋ ਖੈਰੀਅਤ ਨਾਲ ਹੋ ਕਿਉਂਕਿ ਜੋ ਬੜਾ ਬੰਦਾ ਹੁੰਦਾ ਹੈ ਉਹ ਵੱਡੀ ਬਾਤਾਂ ਕਰਦਾ ਹੈ ਜਿਹੜਾ ਵੱਡਾ ਬੰਦਾ ਹੁੰਦਾ ਉਹਦੀਆਂ ਵੱਡੀਆਂ ਹੀ ਗੱਲਾਂ ਹੁੰਦੀਆਂ। ਉਹ ਸਹਿਲ احمد ਕੋਈ ਇਨਸਾਨ ਥੋੜਾ। ਹਾਂਜੀ ਸਹਿਲ ਸਾਹਿਬ ਬਿਲਕੁਲ। ਉਹਦੇ ਹੋਰ ਕੀ ਸ਼ਾਇਵ ਮੈਨੂੰ ਤੇ ਉਹਦੀ ਗੱਲ ਸਮਝ ਨਹੀਂ ਹੁੰਦੀ। ਹਾਂਜੀ ਬਿਲਕੁਲ ਹਾਂਜੀ। ਇੰਨਾ ਨਰਮ ਦਿਲ ਆਦਮੀ ਯਾਰ ਮੈਂ ਆਪਣੀ ਲਾਈਫ 'ਚ ਨਹੀਂ ਵੇਖਿਆ। ਬਿਲਕੁਲ। ਤੇ ਗੁੱਸਾ ਵੀ ਕਰਦੇ ਹੁੰਦਾ ਹੈ। ਕਿਸੇ ਤੇ ਗੁੱਸਾ ਕਰਦੇ ਆ। ਓ ਯਾਰ ਉਹਨੂੰ ਕਹਿੰਦਾ ਮੈਂ ਨਹੀਂ ਤੇ ਉਹ ਤੇ ਫਿਰ ਅੱਧੇ ਘੰਟੇ ਬਾਅਦ ਫੋਨ ਆਇਆ ਦਾ। ਓਏ ਕਿੱਥੇ ਯਾਰ ਉਹਨੂੰ ਕਹੋਸ ਕਾ ਨਾ ਗੁੱਸਾ ਮਾਰੀ ਜਾਣਾ। ਜੀ ਜੀ ਗ੍ਰੇਟ ਆਦਮੀ ਬਹੁਤ ਗ੍ਰੇਟ ਆ।

ਉਹ ਜਦੋਂ ਬਾਦਸ਼ਾਹ ਤਖਤ ਤੇ ਸਨ ਨਾ ਮੈਂ ਉਹਨਾਂ ਨੂੰ ਪਿਆਰ ਨਾਲ ਵੈਸੇ ਬਾਦਸ਼ਾਹ ਸਲਾਮਤ ਹੀ ਕਹਿੰਦਾ ਸੀ ਉਹ ਜਦੋਂ ਤਖਤ ਦੇ ਉੱਤੇ ਬੈਠੇ ਸੀ ਜਦੋਂ ਦਰਬਾਨ ਲੱਗਾ ਹੁੰਦਾ ਸੀ ਤੇ ਉਹ ਫਿਰ ਲੋਕ ਉਹਨਾਂ ਕੋ ਆਪਣੀ ਜ਼ਾਰੇ ਪ੍ਰੋਬਲਮਸ ਲੈ ਕੇ ਆਉਂਦੇ ਸੀ ਉਹਨਾਂ ਨੂੰ ਕੰਮ ਵੀ ਪੈਂਦੇ ਸੀ ਅਮਨ ਸਾਹਿਬ ਸੋਸ਼ਲ ਬੰਦੇ ਸਨ ਜਿਸ ਤਰ੍ਹਾਂ ਤੁਸੀਂ ਹਰ ਬੰਦੇ ਦੀ ਮੁਸੀਬਤ ਸੁਣ ਕੇ ਤੁਸੀਂ ਤੁਸੀਂ ਮੰਜ਼ਰ ਸਾਹਿਬ ਨਿਕਲ ਪੈਂਦੇ ਹੋ ਹੈਲਪ ਕਰਨ ਜਿੰਨੇ ਜੋਗੇ ਤੁਸੀਂ ਹੁੰਦੇ ਹੋ ਤੇ ਉਹ ਉਹਦਾ ਇੱਕ ਸਿਸਟਮ ਉਹਨਾਂ ਦਾ ਵੀ ਚੱਲ ਰਿਹਾ ਸੀ ਇਹ ਸਾਰੀ ਗੱਲ ਉਹ ਲੋਕਾਂ ਦੇ ਜ਼ਿਹਨ ਚ ਸਕੈਚ ਸ਼ਾਇਦ ਹੈ ਵੀ ਕਿ ਸ਼ਤ ਕੁਝ ਦੇਣਾ ਨਾ ਪੈ ਜੇ ਨੇ ਤੇ ਅੱਲਾ ਮਾਫ ਕਰੇ ਅੱਲਾ ਨਾ ਦਿਲਵਾਏ ਉਹ ਸਾਨੂੰ ਪੜਾ ਕੇ ਅੱਛੇ ਕਰ ਦੇ ਕੇ ਅੱਛੀ ਨੌਕਰੀ ਗੱਡੀਆਂ ਕਾਰ সুইমিਂਗ ਪੂਲਾਂ ਚ ਨਹਿਲਾਇਆ ਯੂਨੀਵਰਸਟੀਆਂ ਚ ਜਾਜ਼ਾਂ ਦੀਆਂ ਸੈਰਾਂ ਕਰਵਾਈਆਂ ਇੱਕ ਬਾਪ ਆਪਣੀ ਉਲਾਦ ਲਈ ਇੰਨਾ ਨਹੀਂ ਕਰਦਾ ਹੁੰਦਾ ਪਰ ਬਹੁਤ ਜ਼ਿਆਦਾ ਕਰਕੇ ਛੱਡ ਕੇ ਗਏ ਨੇ ਔਰ ਕੁਝ ਨਹੀਂ ਚਾਹੀਦਾ ਸਾਨੂੰ ਕਿਸੇ ਕੋਲੋਂ ਵੀ ਨਾਜ਼ਿਨ ਸੇਲਾਮ ਉਸਾਸਤੇ ਮੈਂ ਕਹਾਂਗਾ ਕਿ ਕਰੋ ਉਹਨੇ ਖਬਰ ਕਿ ਹਮ ਹੈ ਕਰੀਬੇ ਮਰਗ ਆਇੰਗੇ ਉਹ ਜ਼ਰੂਰ ਅਗਰ ਖਬਰ ਉਨ ਤੱਕ ਗਈ ਸੇਲਮ ਸਾਹਿਬ ਨੋ ਡਾਊਟ ਕਿਸੇ ਦੀ ਖਬਰ ਉਹਨਾਂ ਤੱਕ ਚਲੀ ਜਾਂਦੀ ਏ ਤੇ ਉਹਦੇ ਤੱਕ ਯਕੀਨਨ ਔਰ ਜ਼ਰੂਰ ਪਹੁੰਚਦੇ ਨੇ ਔਰ ਪਹੁੰਚ ਨਾ ਸਕਣ ਤੇ ਅਗਰ ਕਿਸੇ ਦੀ ਜਿਹੜੀ ਜ਼ਰੂਰਤ ਹੁੰਦੀ ਏ ਉਹ ਸੇਲ ਸਭ ਘਰ ਹੀ ਬੈਠੇ ਹੁੰਦੇ ਨੇ ਲੇਕਿਨ ਉਹਨਾਂ ਦੀ ਹੱਲ ਜ਼ਰੂਰ ਹੋ ਜਾਂਦੀ ਏ ਔਰ ਲੇਕਿਨ ਮੈਂ ਕਹਿੰਨਾ ਇੱਕ ਸੇਲ ਅਹਿਮਦ ਕਿੱਥੇ ਕਿੱਥੇ ਪਹੁੰਚੇ ਉਹ ਭੈੜੇ ਉਹ ਸਾਡਾ ਵੀ ਤੇ ਹੱਕ ਬਣਦਾ ਹੈ ਕਿ ਅਸੀਂ ਇੱਕ ਦੂਜੇ ਨੂੰ ਟ੍ਰੀਟ ਕਰੀਏ ਇੱਕ ਦੂਜੇ ਹਲ ਜਾਈਏ ਤੇ ਮੰਦਰ ਸਾਹਿਬ ਦੀ ਇੱਕ ਹੀ ਗੱਲ ਬੜੀ ਖੂਬਸੂਰਤ ਹੈ ਉਹ ਹਮੇਸ਼ਾ ਮੈਸਾ ਹੀ ਦੇ ਰਹੇ ਨੇ ਤੇ ਅਸੀਂ ਬਾਰ-ਬਾਰ ਉਹਦਾ ਜਿਹੜਾ ਪ੍ਰਚਾਰ ਵੀ ਕਰ ਰਹੇ ਆ ਕਿ ਯਾਰ ਕਿਸੇ ਨੂੰ ਕੱਖ ਨਾ ਦਿਓ ਉਹ ਭੈੜੇਓ ਮਿਲੋ ਤੇ ਸਹੀ ਹਾਏ ਹਾਏ ਉਹ ਫੋਨ ਤੇ ਕਿ ਦੂਜੇ ਨੂੰ ਕਰੋ ਉਹ ਅੱਜ ਚਲੋ ਮਤਲਬ ਜਿਹੜੇ ਨਹੀਂ ਲੋਕ ਆ ਸਕੇ ਉਹਨਾਂ ਦਾ ਕੰਮ ਸੀ ਫੋਨ ਕਰਕੇ ਕਹਿਣਾ ਕਿ ਯਾਰ ਟਿੱਪੂ بیٹے 蒂ਪੂ ਭਾਈ 蒂ਪੂ ਭਾਈ ਜਾਨ ਅਸੀਂ ਨਹੀਂ ਆ ਸਕੇ ਤੇ ਉਹ ਹੈ ਵਜ੍ਹਾ ਸੀ ਤੇ ਰੀਜ਼ਨ ਜਿਹੜਾ ਮਤਲਬ ਤੇ ਲੇਕਿਨ ਪਤਾ ਨਹੀਂ ਇਹਨੂੰ ਅਸੀਂ ਬੇਹਿੱਸੀ ਕਵਾਂਗੇ ਬੇਰਹਿਮੀ ਕਵਾਂਗੇ ਜਾਂ ਅਸੀਂ ਇਹਨੂੰ ਆਸਾਨ ਫਰਮੋਸ਼ੀ ਕਵਾਂਗੇ ਕੀ ਕਵਾਂਗੇ ਲੇਕਿਨ ਅਮਾਨੁੱਲਾ ਇੱਕ ਯੂਨੀਵਰਸਿਟੀ ਦਾ ਨਾਮ ਸੀ ਤੇ ਮੈਂ ਸਮਝਦਾ ਜਿੱਥੋਂ ਐਨੇ ਸਟੂਡੈਂਟ ਪੜ ਕੇ ਨਿਕਲੇ ਹੋਣ ਔਰ ਅੱਜ ਵੀ ਮੈਂ ਥੇਠਰ ਜਾਣਾ ਅਸੀਂ ਆਰਟਿਸਟਾਂ ਸਾਨੂੰ ਪਤਾ ਹੈ ਬਹੁਤ سارے ਲੋਕ ਮਾਂ ਨੂੰ ਲਾ ਦਾ ਸੌਦਾ ਵੇਚ ਕੇ ਤੇ ਸ਼ਾਮੀ ਕਰਦਾ ਰਾਸ਼ਨ ਲੈ ਕੇ ਜਾਂਦੇ ਹਾਏ ਹਾਏ ਤੇ ਕਮਜ਼ ਕਮ ਜਿਹਦਾ ਸੌਦਾ ਰੋਜ਼ਾਨਾ ਵੇਚ ਕੇ ਤੇ ਕਮਾਈ ਕਰੀਏ ਬਹੁਤ ਸਾਰੇ ਸ਼ਹਿਰਾਂ ਚ ਤੇ ਯਾਰ ਇਨਕ ਤੇ ਹੱਕ ਬਣਦਾ ਹੈ ਕਿ ਉਹਨਾਂ ਦੇ ਬੱਚਿਆਂ ਨਾਲ ਜਾ ਕੇ ਇਹ ਉਹੀ ਕੰਮ ਹੈ ਮਠਿਆਈ ਨਾਲ ਪਿਆਰ ਦੇ ਹਲਵਾਈ ਨਾਲ ਵੈਰ ਹੈ ਬਿਲਕੁਲ ਐਸੇ ਹੀ ਸਰ ਉਹ ਨਾਲੇ ਅਮਾਨ ਲਾ ਸਾਹਿਬ ਐਸੇ ਬੰਦੇ ਸਨ ਇਹ ਮੈਂ ਮੇਰੇ ਨਜ਼ੀਰ ਦੇ ਮੁਜ਼ਾਬਕ ਆਮਾਨਾ ਸਾਹਿਬ ਇੱਕ ਬਹੁਤ ਕੀਮਤੀ ਆਦਮੀ ਸਨ ਆਮਾਨਾ ਦੀ ਖਰੀਦਾਰੀ ਮਹਿੰਗੀ ਸੀ ਲੇਕਿਨ ਵੇਚਿਆ ਉਹਨੇ ਆਪਣੇ ਆਪਣੇ ਬਹੁਤ ਸਸਤਾ ਹਮ ਅੱਛਾ ਉਹਨੇ ਕਿਹਾ ਮੈਂ ਕਿਸੇ ਦੀ ਪਹੁੰਚ ਤੋਂ ਦੂਰ ਨਾ ਰਾਵਾਂ ਹਾਂ ਹਾਂ ਜੀ ਆਮ ਦਸਤਿਆਬ ਹੋ ਗਏ ਹਾਂ ਜੀ ਬੜੇ ਆਵਾਮੀ ਬੰਦੇ ਸਨ ਬਿਲਕੁਲ ਕਮਾਏ ਬੱਚੋਂ ਕੀ ਪਹੁੰਚ ਤੋਂ ਦੂਰ ਰੱਖੇ ਲੈ ਦੇਣ ਨਾ ਹਾਂ ਤੇ ਉਹਨਾਂ ਨੇ ਕਿਹਾ ਸੀ ਓਏ ਮੇਰੀ ਪਹੁੰਚ ਤੋਂ ਕਿਹਨੂੰ ਦੂਰ ਨਾ ਕਰਨਾ ਤਾਕੀ ਬੜੀ ਮੇਰੀ ਹਾਂ ਜੀ ਕੋਈ ਵੀ ਮਿਲਣ ਆਇਆ ਤੇ ਉਹਨੂੰ ਕਿਹਾ ਅਮਾਨਤ ਉਹ ਕੋਣ ਆਏ ਬਾਲ ਅੰਦਰ ਲੈ ਆ ਗਏ ਅੰਦਰ ਲੈ ਆ ਉਹ ਤੇ ਨਹੀਂ ਦੀ ਜੇ ਬਾਹਰ ਵਾਲਾ ਬੰਦਾ ਉਹਨੂੰ ਖਲਾਤ ਮੈਂ ਮਿਲ ਜੀ ਉਹਨੂੰ ਪੁੱਛ ਲੈ ਕੀ ਕੰਮ ਹੈ ਇਹ ਵੀ ਨਹੀਂ ਕਿਹਾ ਆਏ ਹਾਏ ਉਹਨੂੰ ਕਿਹਾ ਉਹਨੂੰ ਪੁੱਛ ਕੇ ਆ ਜਾ ਯਾਰ ਕੀ ਕੰਮ ਹੈ ਉਹਨੂੰ ਤੇ ਉਹਨੂੰ ਉਹਨੂੰ ਫਾਰਕ ਕਰਦੇ ਪੁੱਛਦਾ ਆ ਗਏ ਉਹਨੂੰ ਆਏ ਹਾਏ ਹੈ ਨਹੀਂ ਨਾਲੇ ਅਮਾਨੁੱਲਾ ਉਸ ਬ੍ਰਾਂਡ ਦਾ ਨਾਮ ਸੀ ਜਿਨ੍ਹਾਂ ਨੇ ਹਮੇਸ਼ਾ ਜਿਹੜੀ ਕੁਆਂਟੀਟੀ ਏ ਉਹਨੂੰ ਵਧਾ ਦਿੱਤਾ ਤੇ ਰੇਟ ਨੂੰ ਘਟਾ ਦਿੱਤਾ ਆਪਣਾ ਹਾਂ ਹਾਂ ਇਹ ਕਹਿੰਦਾ ਖਰੀਦਾਰੀ ਮਹਿੰਗੀ ਸੀ ਨਾ ਐਸੇ ਹੀ ਕਿ ਦੇਖੋ ਸੇਲ ਮੇਲਾ ਫਲਾਣਾ ਮੇਲਾ ਉਹ ਆਵਾਮੀ ਮੇਲਾ ਸੀ ਮੇਲਾ ਆਇਆ ਮੇਲੇ ਅੱਜ ਰਾਸ਼ੀ ਹੁੰਦਾ ਅਮਾਨੁੱਲਾ ਜਿੱਥੇ ਗਿਆ ਉਹਨੇ ਮੇਲਾ ਲਾਇਆ ਹਾਂ ਜੀ ਇੰਜ ਪਿੱਛੇ ਪੂਰੀ ਲੈਂ ਦੀ ਲੈਂ ਹੈ ਅਮਾਨੁੱਲਾ ਦੇ ਪਿੱਛੇ ਲੈਂ ਦੀ ਲੈਂ ਹੈ ਔਰ ਬੰਦੇ ਵੀ ਹੋ ਉਹਨੇ ਜਿਵੇਂ ਦਾਲ ਨਹੀਂ ਖਾਦੀ ਹੁੰਦੀ ਹਾਂ ਹਾਂ ਅਦਾਫੀ ਕਿ ਤੂੰ ਕੀ ਖਾਦੀ ਦਾਲ ਲੈ ਆਏ ਹਾਂ ਹਾਂ ਜੀ ਉਹ ਖਾਦੇ ਬੰਦੇ ਨਾਲ ਕੁਝ ਹੋ ਟਾਕ ਕੋ ਮੋਟਾ ਕੋ ਬਗੈਰ ਦੰਦਾ ਕੋ ਬਗੈਰ ਮਾਰਾਂ ਤੂੰ ਹਾਂ ਜੀ ਪੂਰੀ ਖਾਦੀ ਜੰਜ ਨਾਲ ਜਾ ਅਲਮਰਾ ਖਾਨ ਸਾਹਿਬ ਦੀ ਗੱਡੀ ਚ ਨਾ ਅੰਜੀ ਬਿਲਕੁਲ ਅੰਕਲ ਜੀ ਕਰੇ ਖਾਨ ਸਾਹਿਬ ਦੀ ਗੱਡੀ ਚ ਨਾ ਇੱਕ ਦੌਰ ਚ ਅੰਕਲ ਜੀ ਉਹ ਅਲਮਰਾ ਦੇ ਦੌਰ ਚ ਛੋਟੀ ਛੋਟੀ ਕਾਇ ਹਾਈਟਲੇ ਕੋ 10 12 ਬੰਦੇ ਨਾਲ ਹੁੰਦੇ ਸੀ ਮੈਂ ਤੁਹਾਨੂੰ ਕੀ ਕਿਹਾ ਨਾ ਨਹੀਂ ਮਿਲਿਆ ਹੁੰਦੇ ਹਨ ਖਾਨ ਸਾਹਿਬ ਦੀ ਗੱਡੀ ਚ ਕੋ 6 7 ਕੋਡੂ ਸੁੱਤੇ ਤੇ ਸ਼ੀਸ਼ੇ ਕੋ ਲਾ ਕੇ ਕਹਿੰਦੇ ਉਧਰ ਵੇਖ ਐਂ ਜੀ ਬਿੱਲੀ ਬੱਚੇ ਦੇ ਗਈ ਹੈ ਇਹਦੇ ਹਰ ਸਟਾਫ ਦਾ ਬੰਦਾ ਨਾਲ ਸੀ ਉਹ ਯਾਰ ਅਸਲ ਚ ਨਾ ਉਹਨੂੰ ਤੂੰ ਗੱਲ ਕਹੀ ਹੈ ਨਾ ਉਹ ਤੂੰ ਫਲੋਸ ਕਿਹਾ ਗਿਆ ਹੈ ਪਾਕਿਸਤਾਨ ਦੇ ਵਿੱਚ ਕੋ ਇਨਸਾਨ ਹੈ ਨਾ ਬ੍ਰਾਂਡਡ ਤੋਂ ਅਮਾਨੁੱਲਾ ਅੱਲਾਹੁ ਅਕਬਰ ਮੈਂ ਤੇ ਉਹ ਨਾਲ ਯਾਨੀ ਮੈਂ ਸਮਝ ਲਓ ਕਿ ਮੈਂ ਇੰਨੀ ਕੋ ਮੁਹੱਬਤ ਕਰਨਾ ਆ ਮੈਂ ਅੱਜ ਵੀ ਅਮਾਨੁੱਲਾ ਨਾਲ ਮੈਂ ਨਮਾਜ਼ ਪੜ੍ਹਦਾ ਹਾਂ ਉਹਨਾਂ ਦੇ ਮੈਂ ਮੇਰਾ ਉਹਨਾਂ ਦਾ ਫੇਸ ਮੇਰੇ ਸਾਹਮਣੇ ਹੁੰਦਾ ਹੈ ਤੇ ਫਿਰ ਮੈਂ ਪੜ੍ਹਦਾ ਹਾਂ ਰੱਬੀ ਜਾਲਨੀ ਮੁਕੀ ਮਸਲਾਕੀ ਪਰ ਮੈਨੂੰ ਜ਼ਰਰੀ ਆਦੀ ਰੱਬਾ ਨਾ ਤਕਬਲ ਦੁਆ ਰੱਬਾ ਫਿਰਲੀ ਵਲਿ ਵਾਲੇ ਦੀਆ ਵਲਿ ਮੁਮਿਨਿਨ ਯੋਮ ਯਕੂਮ ਪਨੇ ਸਾਹ ਅਮਾਨੁੱਲਾ ਉਹਦੇ ਵੈਸੇ ਅਸੀਂ ਸਾਰੀ ਉਮਮਤਾਂ ਸੇ ਦੁਆਗੋ ਵਾ ਲੇਕਿਨ ਅਮਾਨullah ਸਾਹਿਬ ਸਾਡੀਆਂ ਦੁਆਵਾਂ ਦੇ ਵੀ ਹੀਰੋ ਨਿਕਲੇ ਆਏ 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 ਵਾ ਵਾ ਕੈਸੀ ਗੱਲ ਵਾ ਬੜੀ ਦੁਆਵਾਂ ਆ ਰਹੀ ਵਾ ਵਾ ਨਾਜ਼ਰਨ ਅੱਜ ਦਾ ਚੁਕੇ ਪ੍ਰੋਗਰਾਮ ਮੌਜੂਦ ਹਿਸਾਬ ਨਾਲ ਮੈਂ ਸਮਝਦਾ ਕਿ ਤੁਸੀਂ ਜਿਹੜੀ ਗੱਲ ਕਰਨੀ ਚਾਹੁੰਦੇ ਸਾਂ ਤੇ ਐਸਾ ਨਹੀਂ ਹੋਣਾ ਚਾਹੀਦਾ ਮੇਲਾ ਚੱਲੋ ਚੱਲਦਾ ਹੈ ਜੇ ਅਮਾਨ ਸਾਹਿਬ ਟੁਰ ਗਏ ਤੇ ਟੁਰ ਅਸੀਂ ਵੀ ਜਾਣਾ ਯਕੀਨਨ ਔਰ ਮੌਤ ਬਰハਕੇ ਇਹਨੇ ਆ ਕੇ ਰਹਿਣਾ ਔਰ ਇਹਨੇ ਨਾਲ ਲੈ ਕੇ ਜਾਣਾ ਫਿਰ ਅਸੀਂ ਅੜੀ ਨਹੀਂ ਕਰ ਸਕਦੇ ਸੀ ਜਿੱਡੇ ਵੀ ਪਲਵਾਨ ਆ ਅਸੀਂ ਜਿੰਨੇ ਵੀ ਛਾਤਰ ਆ ਜਿੰਨੇ ਵੀ ਚਲਾਕ ਆ ਲੇਕਿਨ ਮੌਤ ਨੂੰ ਅਸੀਂ ਚੱਕਰ ਨਹੀਂ ਦੇ ਸਕਦੇ ਉਹਦੇ ਨਾਲ ਅਸੀਂ ਚੁੱਪ ਕਰਕੇ ਟੁਰ ਪੈਣਾ ਤੇ ਅਗਰ 1 ਸਾਲ ਬਾਅਦ ਅਬਾਨੁੱਲਾਹ ਸਾਹਿਬ ਦੇ ਇਹ ਦੇਖ ਲੋ ਕਿ ਮਤਲਬ ਕੀ ਹਾਲ ਹੈ ਸਾਡਾ ਤੁਹਾਡਾ ਕੀ ਹੋਏਗਾ ਓਏ ਓਏ ਇਸ ਵਾਸਤੇ ਦੁਨੀਆ ਤੇ ਖੁਦਾ ਦਾ ਵਾਸਤਾ ਜੇ ਆਪਣੇ ਵਾਸਤੇ ਆਪ ਕੁਝ ਕਰ ਲੋ ਅਸੀਂ ਜਿੰਨਾ ਭਰੋਸਿਆਂ ਤੇ ਰਹਨੇ ਆ ਕਿ ਯਾਰ ਮੇਰੇ ਪਿੱਛੇ ਤੇ ਪੂਰਾ ਜਗਤ ਪੂਰੀ ਦੁਨੀਆ ਹੈ ਤਾਂ ਮੈਂ ਸੁਣਿਆ ਸੀ ਕਿ ਮੇਲਾ ਜੱਗ ਜੁੰਦਿਆਂ ਦਾ ਹਾਏ ਹਾਏ ਜੱਗ ਜੁੰਦਿਆਂ ਦੇ ਮੇਲੇ ਬਿਲਕੁਲ ਐਂਜੀ ਅੱਜ ਮੈਨੂੰ ਪਤਾ ਲੱਗਾ ਕਿ ਮੇਲਾ ਜੱਗ ਜੁੰਦਿਆਂ ਦਾ ਹਾਏ 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 ਵਰਨਾ ਵਰਨਾ ਇਹ ਤੇ ਘਾਰੇ ਉਹਨਾਂ ਦਾ ਉਹਨਾਂ ਦਾ ਸ਼ਹਿਰ ਹੈ ਮਤਲਬ ਇਹ ਪਤਾ ਲੱਗੇ ਕਿ ਮਾਨੁਲਲਾ ਨੇ ਕਿਸੇ ਪਿੰਡ ਚ ਆਉਣਾ ਹੈ ਤੇ ਸਿਰ ਲੋਕਾਂ ਨੂੰ ਟਰਾਲੀਆਂ ਭਰ ਕੇ ਤੇ ਬੱਸਾਂ ਦੀਆਂ ਛੱਤਾਂ ਤੇ ਬਹਿ ਕੇ ਆਉਂਦੇ ਆ ਵੇਖਿਆ ਹਾਂ ਜੀ ਐਸਾ ਹੀ ਹੈ ਮੇਲਿਆਂ ਤੇ ਜਾਣਾ ਸੀ ਛੋਟੇ ਛੋਟੇ ਹੁੰਦੇ ਸੀ ਕਿਸੇ ਔਰ ਪਿੰਡਾਂ ਦੇ ਵਿੱਚ ਯਕੀਨ ਕਰੋ ਕਿਸੇ ਵੈਸੇ ਸ਼ਾਦੀ ਤੇ ਲੋਕਾਂ ਨੇ ਦੱਸ ਦੇਣਾ ਨਾ ਕਿ ਅਸੀਂ ਅਮਨੁੱਲਾਹ ਸਾਹਿਬ ਨੂੰ ਬੁਲਾਇਆ ਇਨਵਾਈਟ ਕੀਤਾ ਤੇ ਉਹ ਜਿਹੜੇ ਬਾਨਿਆਨ ਹੁੰਦੇ ਸੀ ਸ਼ਾਦੀ ਦੇ ਉਹ ਗਿਲਾ ਕਰਦੇ ਸੀ ਕਿ ਪੂਰਾ ਪਿੰਡ ਆ ਕੇ ਬੈਠਾ ਹੈ ਸਾਡੇ ਘਰ ਦੁਪਹਿਰ ਦਾ ਜੀ ਐਸਾ ਹੀ ਹੈ ਅਮਨੁੱਲਾਹ ਸਾਹਿਬ ਨੂੰ ਸਿਰਫ ਵੇਖਣ ਆਏ ਬਸ ਅਸੀਂ ਤੇ ਵੇਖਿਆ ਮਾਨ ਸਾਹਿਬ ਪਹੁੰਚੇ ਨਹੀਂ ਤੇ ਉਹਨਾਂ ਕਨਾਤਾ ਕਨੂਤਾ ਤੰਬੂ ਤੰਬੂ ਲਾ ਕੇ ਪਰਾ ਕਰ ਦਿੱਤੇ ਨੇ ਅਮਾਨੁੱਲਾ ਸਾਹਿਬ ਉਹ ਬੁਨਿਆਨ ਸਣ ਜਿਹੜੀ ਹਰ ਬੰਦੇ ਨੂੰ ਪੂਰੀ ਹੁੰਦੀ ਸੀ ਆਏ ਹਾਏ ਹਾਏ ਜਰਨੈਲਾਂ 'ਚ ਬੈਠਣ ਤੇ ਕੰਮ ਹੀ ਕਾਮੇਡੀ ਕਰ ਰਹੇ ਨੇ ਡਾਕਟਰਾਂ 'ਚ ਬੈਠਣ ਤੇ ਕਾਮੇਡੀ ਕਰ ਰਹੇ ਨੇ ਮਜ਼ਦੂਰਾਂ 'ਚ ਬੈਠਣ ਤੇ ਕਾਮੇਡੀ ਕਰ ਰਹੇ ਨੇ ਔਰਤਾਂ 'ਚ ਬੈਠਣ ਤੇ ਕਾਮੇਡੀ ਕਰ ਰਹੇ ਨੇ ਕਾਮੇਡੀ ਕਰ ਰਹੇ ਨੇ ਓਏ ਹੋਏ ਲੋ ਜੀ ਮੈਂ ਜਿੰਨੇ ਵੀ ਪ੍ਰੋਗਰਾਮ ਮਾਨਸਾ ਦੇ ਮੈਂ ਅਕਸਰ ਤੁਹਾਨੂੰ ਨਾਲ ਲੈ ਜਾਂਦਾ ਜਾਨੇ ਨਾ ਤੇ ਉਹਨਾਂ ਦੇ ਮੂੰਹ 'ਚੋਂ ਇਹੀ ਨਿਕਲਦਾ ਸੀ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੀਆਂ ਧੀਆਂ ਯਕੀਨ ਕਰੋ ਹਾਂਜੀ ਇਹੋ ਹੀ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੀਆਂ ਧੀਆਂ ਤੇ ਲੋਕੀ ਇਹ ਮਾਨੁਲ ਲਓ ਜੀ ਹਾਂ ਇਹ ਮੈਂ ਇਹ ਮਾਨੁਲ ਲਓ ਕਿਸੀ ਗੱਲ ਯਾਨੀ ਲੋਕ ਬਹੁਤ ਪਿਆਰ ਕੀ ਬੜਾ ਪਿਆਰ ਕੀਤਾ ਬੜਾ ਪਿਆਰ ਕੀਤਾ ਸਭ ਨੂੰ ਪੂਰੇ ਸਨ ਔਰ ਸਭ ਵਾਸਤੇ ਮੌਜੂਦ ਸਨ ਆਏ ਹਾ ਜੀ ਇਨਾ ਕੁਝ ਕਰ ਕਰ ਕੇ ਕਲਪ ਕੇ ਚਲੇ ਗਏ ਨੇ ਲੈਕਨ ਸਾਨੂੰ ਉਹ ਮਾਨ ਲਾ ਦੀ ਗੱਲ ਸਮਝ ਨਹੀਂ ਆਈ ਆਏ ਹਾਏ ਹਾਏ ਟੀਬੂ ਗੁਆ ਇਸ ਗੱਲ ਦਾ ਕਹਿੰਦੇ ਹਨ ਔਰ ਤੁਸੀਂ ਮੈਨੂੰ ਨਹੀਂ ਸਮਝੇ ਯਾਦ ਹੀ ਹਾਂਜੀ ਬਿਲਕੁਲ ਉਹ ਮੈਨੂੰ ਤੁਸੀਂ ਮਾਨ ਲਾ ਡੈਡੀ ਪਪਾ ਆਈ ਉਹ ਮੈਂ ਮਾਨੁਲਾ ਵਾਂ ਕਹਿੰਦੇ ਹੁੰਦੇ ਸੀ ਦੇਖੋ ਜੀ ਉਹਨਾਂ ਦੀ ਟੈਲੈਂਟ ਤੇ ਹੈਗਾ ਸੀ ਨਾ ਜੋ ਚਾਹਦੇ ਸਨ ਇਹਨਾਂ ਨੇ ਕਹਿੰਦੇ ਹਨ ਯਾਰ ਤਾ ਮੈਨੂੰ ਡੈਡੀ ਟੀਡੀ ਨਹੀਂ ਚਾਹੀਦਾ ਮੈਨੂੰ ਫਾਲੋ ਕਰੋ ਮੈਨੂੰ ਫਾਲੋ ਇਹ ਪੁੱਛਦਾ ਬੰਦੇ ਗੁਆ ਕਹਿੰਦੇ ਹੁੰਦੇ ਸੀ ਮੇਰੀ ਜਿਹੜੀਆਂ ਮੈਂ ਗੱਲਾਂ ਦੱਸਾਂ ਉਹ ਲਿਖ ਲਿਆ ਕਰੋ ਹਾਂਜੀ ਖਿੱਚ ਜਾਂਦੇ ਸੀ ਨਾ ਕਦੀ ਔਲਾਦ ਤੇ ਤੇ ਕਹਿੰਦੇ ਸੀ ਗੱਲਾਂ ਲਿਖ ਲਿਆ ਕਰੋ ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਮੈਂ ਕੀ ਕੀ ਗੱਲ ਇਰਫਾਨ ਖੁਸਰ ਸਾਹਿਬ ਨੇ ਨਹੀਂ ਕਿਹਾ ਇਹ ਉਸ ਵਕਤ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਜਦੋਂ ਅਮਾਨ ਸਾਹਿਬ ਬਿਲਕੁਲ ਯੰਗ ਸਨ ਤੇ ਖੁਸਰ ਸਾਹਿਬ ਕਹਿੰਦੇ ਕਿ ਜਦੋਂ ਮੈਂ ਅਮਾਨ ਸਾਹਿਬ ਨੂੰ ਕਾਸਟ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਸਟੇਜ ਤੇ ਜਾ ਕੇ ਕੋਈ ਗੱਲ ਕਰਨੀ ਤੇ ਕਹਿੰਦੇ ਆਰੋ ਫਿਲਬ ਦੀ ਜੰਨੀ ਵਿਜ਼ਡਮ ਦੀ ਗੱਲ ਕਰ ਜਾਨੀ ਉਹਨੇ ਕਿ ਮੈਂ ਬੈਕਸਟੇਜ ਤੇ ਬੈਠੇ ਸੋਚ ਰਹੇ ਹੁੰਦਾ ਕਿ ਯਾਰ ਕਾਸ਼ ਇਹ ਜੁਮਲਾ ਮੇਰੇ ਕਲਮ ਥੱਲੋਂ ਨਿਕਲੇ ਹੁੰਦਾ ਜਿਹੜਾ ਮਾਨੁਲਾ ਸਾਹਿਬ ਦੇ ਮੂੰਹੋਂ ਨਿਕਲੇਆ ਵਾਹ ਵਾਹ ਤੋ ਵਾਕਈ ਬੜੀ ਵਿਜ਼ਡਮ ਵਾਲੀਆਂ ਗੱਲਾਂ ਕਰਦੇ ਸੀ ਟਿਪੂ ਸਾਹਿਬ ਅੱਜ ਦੇ ਦਿਨ ਦੇ ਹਵਾਲੇ ਨਾਲ ਕੀ ਪੈਗਾਮ ਦਿਓਗੇ ਸਰ ਅੱਜ ਦੇ ਦਿਨ ਦੇ ਹਵਾਲੇ ਨਾਲ ਫੇਰ ਵੀ ਅਸੀਂ ਇਹੀ ਕਵਾਂਗੇ ਉਹਨਾਂ ਦੀ ਮਖਫਰਤ ਲਈ ਦੁਆ ਕਰੋ ਉਹਨਾਂ ਨੇ ਹਾਸੇ ਵੰਡੇ ਨੇ ਉਹਨਾਂ ਦਾ ਮਿਸ਼ਨ ਹੀ ਆਇਆ ਸੀ ਕੋਈ ਨਹੀਂ ਉਹ ਉਹ ਫਕੀਰ ਦਾ ਹੈ ਨਾ ਮੰਦਰ ਢਾ ਦੇ ਮਸਜਿਦ ਢਾ ਦੇ ਢਾ ਦੇ ਜੋ ਕੁਝ ਟੈਂਦਾ ਹੀ ਦਿਲ ਨਾ ਟਾਈ ਬੰਦੇਆ ਦਿਲ ਵਿੱਚ ਰੱਬ ਰਹਿੰਦਾ ਹੀ ਤੇ ਬਸ ਅਸੀਂ ਉਹਨਾਂ ਦੇ ਏਜੰਡੇ ਨੂੰ ਦੇਖੋ ਉਹਨਾਂ ਦੀ ਲੈਗਸੀ ਨੂੰ ਕੈਰੀ ਆਨ ਕਰਨਾ ਹੈ ਜਿੱਥੇ ਅਸੀਂ ਥੋੜਾ ਜਿਹਾ ਕੰਟਰੋਵਰਸ਼ਲ ਹੋਵਾਂਗੇ ਕਿ ਲੋਵਾਂਗੇ ਤੇ ਪਾਕਿਸਤਾਨ ਨੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦੇਣਾ ਦੇਖੋ ਯਾਰ ਕੀ ਕਹਿ ਰਹੇ ਨੇ ਇਹਦਾ ਸਭ ਦਾ ਭਲਾ ਤੇ ਸਭ ਦੀ ਖੈਰ ਮਾਸ਼ਾਅੱਲਾ ਵੈਲ ਡਨ ਦੀ ਵੈਲ ਡਨ ਟੀਪੂ ਸਾਹਿਬ ਦਾ ਕੰਫੀਡੈਂਸ ਦੇਖ ਕੇ ਜਨਾਬ ਤੇ ਮੈਨੂੰ ਅੱਜ ਫਿਰ ਅਮਨੁੱਲਾਹ ਸਾਹਿਬ ਹੀ ਨਜ਼ਰ ਆਏ ਨੇ ਐਨਾ ਵੱਡਾ ਦਿਲ ਇਨਾ ਵੱਡਾ ਕਲੇਜਾ ਔਰ ਕਿੰਨੀ ਉਹਨਾਂ ਖੂਬਸੂਰਤ ਔਰ ਹੈਪੀ ਮੂਡ ਚ ਗੁਫ਼ਤਗੂ ਕੀਤੀ ਤੁਸੀਂ ਦੇਖਿਆ ਕਿ ਮਤਲਬ ਉਹਨਾਂ ਦੇ ਅੰਦਰ ਮਾਇੂਸੀ ਨਹੀਂ ਮਾਇੂਸੀ ਤਾਂ ਹੁੰਦੀ ਉਹਨਾਂ ਨੂੰ ਕਿਸੇ ਦੇ ਇੰਤਜ਼ਾਰ ਇਸ ਵਾਸਤੇ ਹੁੰਦਾ ਕਿਸੇ ਲਾਲਚ ਵਾਸਤੇ ਲੇਕਿਨ ਅੱਲਾ ਰੱਬੁਲ ਇਜ਼ਤ ਨੇ ਉਹਨਾਂ ਨੂੰ ਅਮਾਨ ਸਾਹਿਬ ਦਾ ਜਿਸਰੰਦਸਰੇ ਨੇ ਮੰਦਰ ਸਾਹਿਬ ਕੇ ਆਪਣੇ ਬੱਚਿਆਂ ਨੂੰ ਬਿਹਤਰੀਨ ਪੜਾ ਕੇ ਤੇ ਬਿਹਤਰੀਨ ਤਰਬੀਅਤ ਦੇ ਕੇ ਉਹ ਦੁਨੀਆ ਤੋਂ ਰੁਖਸਤ ਹੋਏ ਅੱਲਾ ਤਾਲਾ ਨੇ ਉਹਨਾਂ ਨੂੰ ਮੌਕਾ ਦਿੱਤਾ ਤੇ ਨਾਜ਼ਰin ਅੱਜ 6 ਮਾਰਚ ਚ 4 ਮਾਰਚ ਨੂੰ ਵੀ ਮੈਂ ਇੱਕ ਵੀਡੀਓ ਲਈ ਸੀ 2020 ਚ ਮੈਂ ਬੈਰੀਆ ਟਾਊਨ ਹਸਪੀਟਲ ਮਨੋਕਲਗਿਆ ਸਾਂ ਔਰ 5 ਮਾਰਚ ਨੂੰ ਉਹ ਦੁਨੀਆ ਫਾਨੀ ਤੋਂ ਰਾਤ ਨੂੰ ਲੇਟ ਨਾਈਟ ਹਾਂਜੀ ਰੁਖਸਤ ਔਰ 6 ਮਾਰਚ ਨੂੰ ਉਹਨਾਂ ਦੀ ਤਦफीਨ ਜਿਹੜੀ ਹੈ ਉਹ ਕੀਤੀ ਗਈ ਔਰ ਅੱਜ ਫਿਰ ਅੱਜ ਅਮਰੁੱਲਾ ਨੂੰ ਵਿਛੜਿਆ ਸਾਡੇ ਤੋਂ 1 ਸਾਲ ਹੋ ਗਿਆ ਲੇਕਿਨ ਮੈਂ ਜ਼ਰੂਰ ਕਹਾਂਗਾ ਵਸੀਅਤ ਕੌਮ ਵਸੀਅਤ ਪਾਕਿਸਤਾਨੀ ਸਾਨੂੰ ਸਾਡੇ ਜਿਹੜੇ ਹੀਰੋ ਨੇ ਸਾਨੂੰ ਉਹਨਾਂ ਨੂੰ ਕਦੀ ਫਰਮੋਸ਼ ਨਹੀਂ ਕਰਨਾ ਚਾਹੀਦਾ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਆਵਾਮ ਦੇ ਦਿਲਾਂ ਚ ਹਮੇਸ਼ਾ ਅਮਨੁੱਲਾਹ ਸਾਹਿਬ ਰਹਿਣਗੇ ਔਰ ਉਹਨਾਂ ਨੂੰ ਜਦੋਂ-ਜਦੋਂ ਲੋਕ ਵੇਖਣਗੇ ਹੱਸਣਗੇ ਵੀ ਤੇ ਰੋਣਗੇ ਵੀ ਜਿਵੇਂ ਕਿ ਦੁਨੀਆ ਉੱਤੇ ਰੱਖ ਫਕੀਰਾ ਐਸਾ ਬਹਿਣ ਕੋਲੋਂ ਕੋਲ ਹੋਵੇ ਤੇ ਹਸਣ ਲੋਕੀ ਦੂਰ ਹੋਵੇ ਟੁਰ ਜਾਵੇ ਤੇ ਰੋਣ ਅਜਮਾਨੁਲਾਹ ਸਾਹਿਬ ਸਾਡੇ ਚ ਮੌਜੂਦ ਨਹੀਂ ਤੁਸੀਂ ਉਹਨਾਂ ਵਾਸਤੇ ਦੁਆ ਕਰ ਸਕਦੇ ਹੋ ਅੱਲਾਹ ਤਾਲਾ ਉਹਨਾਂ ਦੀਆਂ ਮਸਲੇ ਆਸਾਨ ਕਰੇ ਆਮੇਨ ਯਾ ਰਬੁਨਾਲਾ ਅਤੇ ਗੱਲਬਾਤ ਸ਼ਾਇਦ ਬਹੁਤ ਲੰਬੀ ਚਲੀ ਜਾਂਦੀ ਫਿਰ ਅਸੀਂ ਇਨਸ਼ਾਅੱਲਾ ਵੀਡੀਓ ਕਰਾਂਗੇ ਲੇਕਿਨ ਅਸੀਂ ਉਮੀਦ ਕਰਨੇ ਆ ਇਨਸ਼ਾਅੱਲਾ ਅੱਲਾਹ ਤਾਲਾ ਸਾਨੂੰ ਸਿਹਤ ਤੇ ਤੰਦਰੁਸਤੀ ਦੇ ਔਰ ਇਸ ਘਰ ਦੇ ਦਰੋ ਦੀਵਾਰ ਨਾਲ ਸਾਡਾ ਭਰਪੂਰ ਰਾਬਤਾ ਰਹੇਗਾ ਅਸੀਂ ਆਉਂਦੇ ਜਾਂਦੇ ਰਹਾਂਗੇ ਸਾਡਾ ਆਪਣਾ ਘਰ ਹੈ ਸਾਡੇ ਬੱਚੇ ਔਰ ਇਨਸ਼ਾਅੱਲਾ ਸਾਡਾ ਆਪਣਾ ਘਰ ਹੈ ਔਰ ਮੰਦਰ ਸਾਹਿਬ ਬਰਪੂਰ ਰਾਬਤੇ ਚ ਰਹਿੰਦੇ ਨੇ ਮੈਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਹਾਂਜੀ ਹਾਂਜੀ ਬਸ ਦਫਾ ਮਰਨਾ ਬੈਠੇ ਟੀਪੂ ਨਾਲ ਗੱਲ ਕਰ ਰਹੇ ਹੁੰਦੇ ਨੇ ਹਰ ਮੌਜੂਦ ਤੇ ਗੱਲ ਹੁੰਦੀ ਹੈ ਤੇ ਅੱਜ ਉਹ ਟੀਪੂ ਸਾਹਿਬ ਨੂੰ ਇਸ ਗੱਲ ਦਾ ਫਖਰ ਹੈ ਕਿ ਮੇਰੇ ਅੰਕਲ ਨੇ ਔਰ ਮੇਰਾ ਵੀ ਮਾਨ ਦੇਖੋ ਮੈਂ ਵੀ ਫੋਨ ਇਹਨਾਂ ਨੂੰ ਹੀ ਕੀਤਾ ਸਵੇ ਨੂੰ ਮੈਂ ਕਹਾਂ ਜੀ ਰਾਤੀ ਦੇ ਤੁਸੀਂ ਮੈਨੂੰ ਓਕੇ ਕਰਤਾ ਸੀ ਮੈਂ ਆ ਰਿਹਾ ਮੈਨੂੰ ਹੁਣ ਦੱਸੋ ਕਿੱਥੇ ਤੱਕ ਪਹੁੰਚੇ ਹੋ ਤੇ ਮੇਰਾ ਮਾਨ ਉਹ ਹਮੇਸ਼ਾ ਮੇਰਾ ਮਾਨ ਰੱਖਦੇ ਨੇ ਮਾਨ ਤੋਂ ਔਰ ਬਲਕੇ ਮੈਨੂੰ ਅਕਸਰ ਕਹਿੰਦੇ ਨੇ ਫੋਨ ਕਰਕੇ ਬਿਜ਼ੀ ਹੋਣਾ ਕਹਿੰਦੇ ਓ ਤੂੰ ਨਲਾਇਕ ਆਦਮੀ ਹੈ ਫੋਨ ਨਹੀਂ ਕਰਦਾ ਤੇ ਨਾਜ਼ਰին ਅੱਲਾ ਸਭ ਦੇ ਮਾਨ ਤੇ ਸਭ ਦੇ ਅਮਾਨ ਆਏ ਹਾ ਜਨਾਬ ਕਾਇਮ ਰੱਖੇ ਆਮੀਨ ਆਮੀਨ ਚਲਦੇ ਹਾਂ ਚਲਦੇ ਹਾਂ ਪਿਆਰੇ ਦੇਸ਼ ਦੇ ਨਾਇਕ ਪਿਆਰੇ ਜਨਾਰਾ ਪਾਕਿਸਤਾਨ ਜ਼ਿੰਦਾਬਾਦ